ਸਾਨੂੰ ਕਾਲਜ ਨੇ ਸਾਫ ਮਨਾ ਕਰਤਾ, ਤੁਹਾਨੂੰ ਕੁੜਤੇ ਪਜਾਮੇ ਪਾਉਣੇ ਬੈਨ ਨੇ, ਪਰ ਕੌਣ ਸਮਝਾਵੇ ਇਹ ਕੁੜੀਆਂ ਸਾਡੇ ਕੁੜਤੇ ਪਜਾਮੇ ਦੀਆਂ ਫੈਨ ਨੇ। ਨਾ ਮੈਂ ਸਿੰਗਰ ਹਾਂ, ਨਾ ਗਵਈਆ, ਨਾ ਕਲਾਕਾਰ ਪਰਫੋਰਮਰ ਹਾਂ। ਮੈਨੂੰ ਪਰਫੋਰਮ ਕਰਨਾ ਆਉਂਦਾ ਸਟੇਜ 'ਤੇ ਕੋਈ ਵੀ ਗਾਣੇ 'ਚ, ਮੈਂ ਉਹ ਪਰਫੋਰਮਰ ਆ ਕਿ ਇੰਟਰਟੇਨਰ। ਕਿਸਾਨ ਅੰਦੋਲਨ ਨੇ ਮੈਨੂੰ ਜਿਹੜੀ ਤੁਸੀਂ ਗੱਲ ਕੀਤੀ ਸੀ ਕਿ ਸਭ ਤੋਂ ਵੱਡਾ ਮੈਂ ਸਿੱਖਿਆ ਪੇਸ਼ੈਂਸ, ਉਦੋਂ ਸਰਕਾਰ ਵੀ ਸਾਡੇ ਉਲਟ ਅਤੇ ਆਪਣੇ ਵੀ ਉਲਟ ਹੋ ਗਏ। ਰਾਤ ਨੂੰ ਜ਼ਿਆਦਾ ਡੱਬਿੰਗ ਵਗੈਰਾ ਹੁੰਦੀ ਹੈ, ਗਾਣੇ ਵਗੈਰਾ ਰਾਤ ਨੂੰ ਸ਼ੂਟ ਹੁੰਦੇ ਆ, ਆਈ ਮੀਨ ਰਿਕਾਰਡ ਹੁੰਦੇ ਆ। ਰਾਤ ਨੂੰ ਉੱਲੂ ਜਾਗਦੇ ਆ ਬੰਦੇ ਨਹੀਂ, ਕੁਦਰਤ ਨੇ ਜਿਵੇਂ ਬਣਾਇਆ ਨਾ ਤੁਹਾਨੂੰ, ਰਾਤ ਕਿਉਂ ਬਣਾਈ ਹੈ ਆਰਾਮ ਲਈ, ਦਿਨ ਕਿਉਂ ਬਣਾਇਆ ਕੰਮ ਲਈ। ਮੈਨੂੰ ਲੱਗਦਾ ਮੇਰੀ ਪਰਸਨੈਲਿਟੀ ਨੂੰ ਹਾਲੇ ਤੱਕ ਕਿਸੇ ਨੇ ਪਹਿਚਾਨਿਆ ਨਹੀਂ। ਅੰਡਰ ਰੇਟਡ ਹਾਂ ਬਹੁਤ ਮੈਂ, ਐਜ਼ ਏ ਐਕਟਰ ਵੀ ਅੰਡਰ ਰੇਟਡ ਹਾਂ ਅਤੇ ਐਜ਼ ਏ ਪਰਫੋਰਮਰ ਵੀ ਅੰਡਰ ਰੇਟਡ ਹਾਂ। ਹਾਂ ਸ਼ਹਿਬਾਜ਼, ਮੈਂ ਇੰਟਰਵਿਊ ਕਰ ਰਿਹਾ ਸਪੀਕਰ ਤੇ ਆ ਦੈਨਿਕ ਸਵੇਰਾ ਦੀ, ਉਹ ਕਹਿੰਦੇ ਕਿਹੜੇ ਦੋਸਤ ਨੂੰ ਫੋਨ ਲਾਓਗੇ ਸੈਲੀਬ੍ਰਿਟੀ ਨੂੰ। ਇੱਕ ਤੇ ਸਵਾਲ ਤਾਂ ਨਹੀਂ ਪੁੱਛਣ ਲੱਗੇ, ਜਿਹੜੇ ਯਾਰ ਨੂੰ ਤੁਸੀਂ ਫੋਨ ਕਰੋਗੇ 50,000 ਮੰਗ ਕੇ ਦੇਖੋ ਰਗੋ, ਉਹ ਤਾਂ ਆਪ ਨੰਗਾ। ਸਤਿ ਸ਼੍ਰੀ ਅਕਾਲ, ਨਮਸਕਾਰ, ਆਦਾਬ, ਮੈਂ ਤੁਹਾਡੇ ਨਾਲ ਮਨਪ੍ਰੀਤ ਖੁੱਲਰ, ਤੁਸੀਂ ਦੇਖ ਰਹੇ ਹੋ ਦੈਨਿਕ ਸਵੇਰਾ ਟੀਵੀ 'ਤੇ। ਅੱਜ ਤੁਹਾਨੂੰ ਇੱਕ ਬੇਬਾਕ ਪਰਸਨੈਲਿਟੀ ਦੇ ਨਾਲ ਰੂਬਰੂ ਕਰਾਉਣਾ ਹੈ। ਕਿਸਾਨੀ ਧਰਨੇ ਦੇ ਵਿੱਚ ਬਹੁਤ ਸਾਰੇ ਕਲਾਕਾਰਾਂ ਨੇ ਜਿਹੜਾ ਵੱਧ ਚੜ੍ਹ ਕੇ ਹਿੱਸਾ ਲਿਆ, ਪਰ ਇੱਕ ਅਜਿਹਾ ਫੇਸ ਜਿਹੜਾ ਸਭ ਨੂੰ ਯਾਦ ਹੈ ਉਹ ਹੈਗੇ ਨੇ ਜੀ ਗਲਵ ਵੜੈਚ। ਅੱਜ ਸਾਡੇ ਨਾਲ ਖਾਸ ਵਾਰਤਾਲਾਪ ਦੇ ਵਿੱਚ ਸਾਨੂੰ ਉਹਨਾਂ ਨੇ ਜੁਆਇਨ ਕੀਤਾ, ਸੋ ਸਭ ਤੋਂ ਪਹਿਲਾਂ ਦੈਨਿਕ ਸਵੇਰਾ 'ਤੇ ਉਹਨਾਂ ਦਾ ਸਵਾਗਤ ਕਰ ਲੈਂਦੇ ਹਾਂ। ਸੋ ਜ਼ਰੂਰ ਜਾਣਦੇ ਉਹਨਾਂ ਦੀ ਜਰਨੀ ਦੇ ਬਾਰੇ ਕਿ ਕਿਸ ਤਰ੍ਹਾਂ ਉਹਨਾਂ ਦਾ ਜੀਵਨ ਬਤੀਤ ਹੋ ਰਿਹਾ, ਔਰ ਬਹੁਤ ਬਹੁਤ ਸਵਾਗਤ ਹੈ ਗਲਵ ਤੁਹਾਡਾ ਦੈਨਿਕ ਸਵੇਰਾ ਟੀਵੀ। ਸਤਿ ਸ਼੍ਰੀ ਅਕਾਲ ਮਨਪ੍ਰੀਤ, ਅਤੇ ਤੁਹਾਡੇ ਸਾਰੇ ਸਰੋਤਿਆਂ ਨੂੰ ਦੈਨਿਕ ਸਵੇਰਾ ਦੇ ਨੂੰ ਬਹੁਤ ਬਹੁਤ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸੋ ਗਲਵ ਜੀ, ਸਭ ਤੋਂ ਪਹਿਲਾਂ ਤਾਂ ਵਾਰਮ ਵੈਲਕਮ, ਇਸ ਕਰਕੇ ਕਿ ਬਹੁਤ ਲੰਬੇ ਸਮੇਂ ਬਾਅਦ ਤੁਸੀਂ ਅੱਜ ਸਾਡੇ ਨਾਲ ਰਾਬਤਾ ਕਾਇਮ ਕੀਤਾ ਹੈ ਕਿਸਾਨੀ ਧਰਨੇ ਤੋਂ ਬਾਅਦ। ਮੈਨੂੰ ਲੱਗਦਾ ਕਿ ਪਹਿਲੀ ਇੰਟਰਵਿਊ ਜਿਹੜੀ ਤੁਸੀਂ ਦੈਨਿਕ ਸਵੇਰਾ 'ਤੇ ਦੇ ਰਹੇ ਹੋ ਅੱਜ। ਹਾਂ, ਕਿਸਾਨੀ ਅੰਦੋਲਨ ਤੋਂ ਬਾਅਦ ਫਸਟ ਟਾਈਮ ਮੈਂ ਇੰਟਰਵਿਊ ਕਰ ਰਿਹਾ ਹਾਂ ਬਹੁਤ ਸਾਲਾਂ ਬਾਅਦ, 2020 ਤੋਂ 21 ਤੋਂ ਬਾਅਦ। ਹਾਂ, ਸੋ ਬੜੇ ਅਲੱਗ ਅਲੱਗ ਐਕਸਪੀਰੀਅੰਸਿਸ ਕੀਤੇ ਨੇ ਤੁਸੀਂ ਆਪਣੀ ਲਾਈਫ ਦੇ ਵਿੱਚ, ਹੈ ਨਾ, ਬੜਾ ਸਟਰਗਲ ਵੀ ਕੀਤਾ ਹੈ। ਇਹ ਉਹ ਪਰਸਨੈਲਿਟੀ ਹੈ ਜਿਹੜੀ ਇੰਡਸਟਰੀ ਦਾ ਹਿੱਸਾ ਤਾਂ ਹੈਗੇ ਨੇ, ਆਪਣੇ ਆਪ ਨੂੰ ਆਰਟਿਸਟ ਨਾ ਕਹਿ ਕੇ ਪਰਫਾਰਮਰ ਕਹਿੰਦੇ ਨੇ, ਮੈਂ ਸਹੀ ਕਹਿ ਰਹੀ ਹਾਂ? ਹਾਂ, ਪਰਫਾਰਮਰ ਹਾਂ, ਨਾ ਮੈਂ ਸਿੰਗਰ ਹਾਂ ਅਤੇ ਨਾ ਗਵਈਆ, ਨਾ ਕਲਾਕਾਰ, ਪਰਫਾਰਮਰ ਹਾਂ। ਮੈਨੂੰ ਪਰਫੋਰਮ ਕਰਨਾ ਆਉਂਦਾ ਸਟੇਜ 'ਤੇ ਅਤੇ ਕੋਈ ਵੀ ਗਾਣੇ 'ਚ, ਮੈਂ ਉਹ ਪਰਫਾਰਮਰ ਆ ਕਿ ਇੰਟਰਟੇਨਰ ਹਾਂ ਬੇਸਿਕਲੀ। ਓਕੇ, ਸੋ ਗਲਵ, ਜਦੋਂ ਵੀ ਅਸੀਂ ਤੁਹਾਡੇ ਸਟੇਜ 'ਤੇ ਦੇਖੇ ਨੇ, ਹੈ ਨਾ, ਤੁਸੀਂ ਸ਼ੋਜ਼ ਕਰਦੇ ਹੋ, ਉਹ ਤਾਂ ਸਭ ਨੂੰ ਪਤਾ ਹੈ ਨਾ ਕਿ ਬੇਬਾਕੀ ਦੇ ਨਾਲ ਬੋਲਦੇ ਨੇ, ਔਰ ਜਿਹੜੀ ਗੱਲ ਬੋਲਦੇ ਨੇ ਵਾਕਈ ਲੋਕ ਕਨੈਕਟ ਕਰਦੇ ਨੇ ਉਸ ਗੱਲ ਦੇ ਨਾਲ, ਔਰ ਬੜੇ ਲੋਕ ਅਮਲ ਵੀ ਕਰਦੇ ਨੇ ਤੁਹਾਡੀਆਂ ਗੱਲਾਂ 'ਤੇ। ਸੋ ਮੈਂ ਇਹ ਜ਼ਰੂਰ ਜਾਣਨਾ ਚਾਹੁੰਦੀ ਤੁਹਾਨੂੰ ਕਿ ਜਦੋਂ ਤੁਸੀਂ ਸਟੇਜ 'ਤੇ ਲਾਈਵ ਸ਼ੋਜ਼ ਕਰਦੇ ਹੋ ਆਪਣੇ, ਜਦੋਂ ਤੁਸੀਂ ਪਰਫੋਰਮ ਕਰ ਰਹੇ ਹੁੰਦੇ ਹੋ, ਲੋਕਾਂ ਦੇ ਨਾਲ ਆਪਣਾ ਕਨੈਕਸ਼ਨ ਕਿਸ ਤਰ੍ਹਾਂ ਬਣਾਉਂਦੇ ਹੋ, ਕਿਉਂਕਿ ਇਹ ਮੈਨੂੰ ਲੱਗਦਾ ਕਿ ਤੁਹਾਡੇ ਤੋਂ ਬੈਸਟ ਕੋਈ ਨਹੀਂ ਸਾਡੇ ਨਾਲ ਗੱਲ ਕਰ ਸਕਦਾ ਇਸ ਬਾਰੇ। ਮੈਂ ਨਾ ਕਦੇ ਵੀ ਸ਼ੋਅ ਪਲਾਨ ਨਹੀਂ ਕਰਦਾ ਕਿ ਮੈਂ ਆਹ ਗੀਤ ਗਾਉਣਾ ਹੈ, ਫਿਰ ਮੈਂ ਆਹ ਗੀਤ ਗਾਉਣਾ ਹੈ। ਮੈਂ ਸਟੇਜ 'ਤੇ ਚੜ੍ਹਨ ਤੱਕ ਮੈਨੂੰ ਨਹੀਂ ਪਤਾ ਹੁੰਦਾ ਮੈਂ ਕੀ ਗਾਉਣਾ। ਜਦੋਂ ਪਹਿਲੇ 5 ਮਿੰਟ ਮੈਂ ਨੱਚਦਾ ਸਟੇਜ 'ਤੇ, ਮਿਊਜ਼ਿਕ ਵੱਜ ਰਿਹਾ ਹੁੰਦਾ, ਤਾਂ ਉਨੇ 'ਚ ਸਿਰਫ ਇਹ ਅੱਖ ਦੇਖਦੀ ਹੈ ਕਿ ਆਡੀਅੰਸ ਕਿਸ ਏਜ ਦੀ ਹੈ, ਫੀਮੇਲ ਆਡੀਅੰਸ ਜ਼ਿਆਦਾ ਹੈ, ਮੇਲ ਜ਼ਿਆਦਾ ਨੇ, ਜਾਂ ਬਜ਼ੁਰਗ ਜ਼ਿਆਦਾ ਨੇ, ਜਾਂ ਬੱਚੇ ਨੇ, ਜਾਂ ਸਟੂਡੈਂਟ ਨੇ, ਫਿਰ ਉੱਥੋਂ ਸ਼ੁਰੂ ਕਰ ਲੈਣਾ। ਹਾਂ, ਉਹਦੇ ਨਾਲ ਫਿਰ ਉਹ ਕੀ ਬੜੀ ਜਲਦੀ ਕਨੈਕਟ ਕਰ ਜਾਂਦੇ ਆ ਲੋਕ।
ਸੋ ਬਹੁਤ ਤਰ੍ਹਾਂ ਦੇ ਲੋਕਾਂ 'ਚ ਤੁਸੀਂ ਵਿਚਰਦੇ ਹੋ, ਹੈ ਨਾ, ਬੜੇ ਤੁਹਾਡੇ ਫੈਨਸ ਨੇ, ਬੜੇ ਲੋਕ ਤੁਹਾਡੇ, ਮਤਲਬ ਤੁਸੀਂ ਫੈਮਿਲੀਅਰ ਫੇਸ ਹੋ, ਤੁਹਾਨੂੰ ਹਰ ਕੋਈ ਪਹਿਚਾਣਦਾ, ਹੈ ਨਾ, ਅਤੇ ਕੋਈ ਬੈਸਟ ਬੈਸਟ ਚੀਜ਼ ਅੱਜ ਤੱਕ ਤੁਹਾਨੂੰ ਕੋਈ ਯਾਦ ਰਹਿ ਗਈ ਹੋਵੇ, ਭਾਵੇਂ ਲੇਟੈਸਟ ਕਿਸੇ ਗੱਲ 'ਚ ਹੋਵੇ, ਭਾਵੇਂ ਕਿਸਾਨੀ ਅੰਦੋਲਨ ਦੇ ਟਾਈਮ ਦੀ ਹੋਵੇ, ਕਿ ਯਾਰ ਆਹ ਗੱਲ ਉਸ ਬੰਦੇ ਨੇ ਜਾਂ ਕਿਸੇ ਲੇਡੀ ਨੇ ਮੈਨੂੰ ਕਹੀ ਹੈ, ਪਰ ਮਤਲਬ ਕਈ ਸੱਚ ਹੈ, ਭਾਵੇਂ ਤੁਹਾਡੇ ਤੁਹਾਨੂੰ ਕੰਪਲੀਮੈਂਟ ਕੀਤਾ ਹੋਵੇ, ਭਾਵੇਂ ਕੁਛ ਵੀ, ਵਾਟ ਐਵਰ ਇਟ ਇਜ਼। ਬੜੀਆਂ ਗੱਲਾਂ ਨੇ ਵੈਸੇ ਤੇ, ਪਰ ਸਭ ਤੋਂ ਜਿਹੜੇ ਤਾਂ ਸ਼ੁਭ ਚਿੰਤਕ ਨੇ ਜਿਹੜਾ ਆਪਾਂ ਨੂੰ ਪਿਆਰ ਕਰਦੇ ਆ, ਉਹ ਤਾਂ ਆਪਣੇ ਇਸੇ ਅੰਦਾਜ਼ ਨੂੰ ਹੀ ਕਿਹੜੇ ਬਦਲਣਾ ਨਹੀਂ ਚਾਹੀਦਾ, ਉਹ ਜੋ ਫਿਲਟਰ ਨਹੀਂ ਲੱਗਦਾ ਆਪਣੇ 'ਚ, ਜੋ ਹੈਗੇ ਆ ਉਵੇਂ ਸਟੇਜ 'ਤੇ ਆ, ਉਵੇਂ ਬੈਕ ਸਟੇਜ ਆ, ਉਵੇਂ ਰੀਅਲ ਲਾਈਫ 'ਚ ਆ। ਸ਼ੋਅ ਆਫ ਤੋਂ ਬਹੁਤ ਦੂਰ ਹੈ ਕਿ ਹਰ ਚੀਜ਼ ਉਵੇਂ ਕਰਨੀ, ਹੈ ਨਾ, ਅਤੇ ਉਹ ਚੀਜ਼ ਦੇ ਕੰਪਲੀਮੈਂਟ ਨੇ। ਬਾਕੀ ਜਿਹੜੇ ਬੰਦੇ ਸੋਸ਼ਲ ਮੀਡੀਆ 'ਤੇ ਨੇ ਉਹ ਆਪਾਂ ਨੂੰ ਬਲੌਕ ਕਰ ਦੇਈਦੇ ਆ, ਜਿਹੜੇ ਚਾਹੁਣ ਵਾਲੇ ਆਪਣੇ ਦਿਲ 'ਚ। ਮਤਲਬ ਇਹ ਹੈਗੀ ਆਪਣੀ ਟੋਟਲੀ ਅਨਫਿਲਟਰਡ ਇੰਟਰਵਿਊ, ਕਿਉਂਕਿ ਗੱਲਾਂ ਬਿਲਕੁਲ ਸਟ੍ਰੇਟ ਫਾਰਵਰਡ ਨੇ, ਇਹਨਾਂ ਨੇ ਜੋ ਵੀ ਬੋਲਣਾ ਬਿਲਕੁਲ ਸੱਚ ਔਰ ਸਪਸ਼ਟ ਬੋਲਣਾ। ਸੋ ਇੱਕ ਬੜੀ ਵੱਡੀ ਟ੍ਰੈਜਡੀ ਵੀ ਹੋਈ, ਹੈ ਨਾ, ਮਤਲਬ ਆਪਾਂ ਟ੍ਰੈਜਡੀ ਕਹਾਂਗੇ ਯਾਰ, ਬੜੀ ਮਿਹਨਤ ਦੇ ਨਾਲ ਫੋਲੋਅਰਸ ਕਮਾਉਂਦੇ ਹੋ ਤੁਸੀਂ, ਅਤੇ ਉਹ ਫੋਲੋਅਰਸ ਜਦੋਂ ਕਿਸਾਨੀ ਅੰਦੋਲਨ ਦੇ ਵਿੱਚ ਗਲਵ ਬੇਬਾਕੀ ਦੇ ਨਾਲ ਬੋਲਦੇ ਨੇ, ਆਪਣੀਆਂ ਗੱਲਾਂ ਸਾਰੀਆਂ ਮੂਹਰੇ ਰੱਖਦੇ ਨੇ, ਸਰਕਾਰ ਦੇ ਅਗੇਂਸਟ ਹੋਵੇ ਚਾਹੇ ਫੇਵਰ 'ਚ ਹੋਵੇ, ਲੋਕਾਂ ਦੇ ਹੱਕ 'ਚ ਹੋਵੇ ਚਾਹੇ ਕਿਸਾਨਾਂ ਦੇ ਹੱਕ 'ਚ ਹੋਵੇ, ਜਿਹੜੀ ਵੀ ਇਹਨਾਂ ਨੇ ਗੱਲ ਕੀਤੀ ਉਹ ਬੇਬਾਕੀ ਦੇ ਨਾਲ ਬੋਲਿਆ, ਅਤੇ ਉਸ ਤੋਂ ਬਾਅਦ ਜਦੋਂ ਕੰਟੈਂਟ ਜਿਹੜਾ ਹੈ ਪੋਸਟ ਹੁੰਦਾ ਸੋਸ਼ਲ ਮੀਡੀਆ 'ਤੇ, ਅਤੇ ਕਿੰਨੇ ਟਾਈਮ ਬਾਅਦ ਤੁਹਾਡਾ ਜਿਹੜਾ ਅਕਾਊਂਟ ਹੈ ਉਹਨੂੰ ਬੰਦ ਕਰ ਦਿੱਤਾ ਜਾਂਦਾ? ਉਹ ਤਾਂ ਜਦੋਂ ਚੱਲ ਰਿਹਾ ਸੀ ਨਾ, ਜਦੋਂ ਫੁੱਲ ਪੀਕ 'ਤੇ ਸੀ, ਅਤੇ ਜਦੋਂ ਮਸਲੇ ਬਹੁਤ ਵੱਡੇ ਹੋ ਗਏ, ਫਿਰ ਸਰਕਾਰਾਂ ਨੇ ਮੇਰੇ ਨਹੀਂ ਸਭ ਬਹੁਤ ਦੇ ਸਭ ਦੀਆਂ ਰੀਚ ਡਾਊਨ ਕਰਤੀਆਂ, ਬੰਦ ਕਰਤੇ, ਤਾਂ ਉਹਨਾਂ ਦੇ IT ਸੈੱਲ 'ਚੋਂ ਮੇਰਾ ਜਿਹੜਾ ਇੰਸਟਾਗ੍ਰਾਮ ਸੀ ਉਹ ਤਾਂ 4-5 ਦਿਨ ਉਹ ਫਿਰ ਜਦੋਂ ਤੱਕ ਰਿਕਵਰ ਕਰਾਇਆ ਤਾਂ ਸਭ ਫੋਲੋਅਰ ਉਡਾ ਤੇ 225,000 ਤੋਂ, ਉਦੋਂ ਆਈ ਥਿੰਕ 225,000 ਸੀਗੇ, ਮੁੜ ਕੇ ਫਿਰ ਤਾਂ 7-8 ਹਜ਼ਾਰ। ਪਰ ਉਹ ਤਾਂ ਪਾਰਟ ਆਫ ਲਾਈਫ ਹੈ, ਸੋਸ਼ਲ ਮੀਡੀਆ ਨਹੀਂ ਸੀ ਤਾਂ ਫਿਰ ਵੀ ਜ਼ਿੰਦਗੀ ਸੀ ਲੋਕਾਂ ਦੀ, ਫੋਲੋਵਰਸ ਆ ਜਾਂਦੇ ਆ, ਕੋਈ ਚੱਕਰ ਨਹੀਂ। ਤੁਸੀਂ ਤੁਹਾਡੀ ਸਿਹਤ ਅਤੇ ਤੁਹਾਡਾ ਜਿਹੜਾ ਟੈਲੈਂਟ ਹੈ ਅਤੇ ਤੁਹਾਡਾ ਆਪਣੇ ਆ ਜਿਹੜੇ ਤੁਹਾਡੇ, ਉਹ ਤੁਹਾਡੇ ਤੋਂ ਨਹੀਂ ਗੁੰਮ ਹੋਣੇ ਚਾਹੀਦੇ, ਉਹ ਸਾਰੇ ਨਾਲ ਨੇ, ਕੰਮ ਕਰ ਰਹੇ ਹਾਂ ਬਸ ਵਧੀਆ। ਸੋ ਸੋਸ਼ਲ ਮੀਡੀਆ ਦਾ ਕਿੰਨਾ ਕੁ ਵੱਡਾ ਰੋਲ ਹੈ ਅੱਜ ਦੇ ਟਾਈਮ 'ਤੇ ਤੁਹਾਡੀ ਲਾਈਫ ਦੇ ਵਿੱਚ, ਕਿਉਂਕਿ ਜਦੋਂ ਤੁਸੀਂ ਬੋਲਦੇ ਸੀਗੇ ਮੀਡੀਆ ਸੀ, ਸੋਸ਼ਲ ਮੀਡੀਆ ਸੀ ਅਤੇ ਗਲਵ ਵੜੈਚ ਦੀ ਪਹਿਚਾਣ ਸੀ, ਅੱਜ ਵੀ ਸੋਸ਼ਲ ਮੀਡੀਆ ਗਲਵ ਵੜੈਚ ਨੂੰ ਪਹਿਚਾਣ ਮਿਲੀ ਹੋਈ ਹੈ, ਜਾਣਦੇ ਨੇ ਲੋਕ, ਬੜਾ ਪਿਆਰ ਕਰਦੇ ਨੇ, ਪਰਫੋਰਮ ਕਰਦੇ ਹੋ ਤੁਸੀਂ ਹਰ ਜਗ੍ਹਾ ਜਾ ਕੇ, ਸੋ ਹੁਣ ਔਰ ਪਹਿਲਾਂ ਕੀ ਫਰਕ ਮਹਿਸੂਸ ਕਰਦੇ ਹੋ ਸੋਸ਼ਲ ਮੀਡੀਆ 'ਚ? ਸੋਸ਼ਲ ਮੀਡੀਆ ਦਾ ਤਾਂ ਹਰ ਬੰਦੇ ਦੀ ਲਾਈਫ ਦੇ ਵਿੱਚ ਇੱਕ ਬੈਨੀਫਿਟ, ਆਰਟਿਸਟ ਦੇ ਤਾਂ ਬਹੁਤ ਵੱਡਾ ਬੈਨੀਫਿਟ ਹੈ ਕਿ ਆਰਟਿਸਟ ਬੇਸਿਕਲੀ ਉਹਨੂੰ ਨਾ ਸਹੀ ਯੂਜ਼ ਕਰਦੇ ਆ, ਨਹੀਂ ਤਾਂ ਬਹੁਤ ਲੋਕ ਆ ਇੱਥੇ ਗਲਤ ਇਨਫਲੂਐਂਸ ਵੀ ਕਰ ਰਹੇ ਆ, ਚਾਹੇ ਉਹ ਫੂਡ ਨੂੰ ਰਿਲੇਟਡ, ਹਰ ਕੋਈ ਬੰਦਾ, ਮਤਲਬ ਸਾਰੀ ਦੁਨੀਆ ਗਿਆਨੀ ਬਣੀ ਹੋਈ ਹੈ, ਆਪਾਂ ਕਹਿੰਦੇ ਵੀ ਹਰ ਬੰਦਾ ਗਿਆਨ ਆਪਣੇ ਆਪ ਸਿੱਖ ਕੋਈ ਨਹੀਂ ਰਿਹਾ, ਸਿਖਾ ਹਰ ਕੋਈ ਰਿਹਾ, ਜਿਹਨੂੰ ਦੇਖੋ ਉਹੀ ਸਿਖਾ ਰਿਹਾ, ਉਹੀ ਹਰ ਹਰ ਗੱਲ ਨੂੰ ਕੱਟਿਆ ਜਾ ਰਿਹਾ, ਕਿਸੇ ਵੀ ਬੰਦੇ ਦੀ ਗੱਲ ਨੂੰ, ਮਤਲਬ ਪ੍ਰਚਾਰਕ ਦੀ ਗੱਲ ਨੂੰ ਵੀ ਕੱਟਿਆ ਜਾ ਰਿਹਾ, ਕਲਾਕਾਰ ਦੀ ਗੱਲ ਨੂੰ ਵੀ ਕੱਟਿਆ ਜਾ ਰਿਹਾ, ਲੀਡਰ ਦੀ ਗੱਲ ਨੂੰ ਵੀ ਕੱਟਿਆ ਜਾ ਰਿਹਾ, ਪਰ ਉਹ ਬਹੁਤ ਥੋੜ੍ਹੇ ਨੇ ਸਾਡਾ, ਪਰ ਹਮੇਸ਼ਾ ਕੀ ਹੈ ਨਾ ਨੈਗੇਟਿਵਿਟੀ ਜ਼ਿਆਦੀ, ਉਵੇਂ ਜਦੋਂ ਆਪਾਂ ਕਮੈਂਟਸ ਵੀ ਦੇਖਦੇ ਹਾਂ ਤਾਂ ਆਪਾਂ ਨੂੰ ਹੁੰਦਾ ਯਾਰ ਨੈਗੇਟਿਵ ਕਮੈਂਟ, ਉਹਦੇ ਚੀਜ਼ ਮੈਨੂੰ ਇਹ ਕਿਸਾਨ ਅੰਦੋਲਨ ਨੇ ਮੈਨੂੰ ਜਿਹੜੀ ਤੁਸੀਂ ਗੱਲ ਕੀਤੀ ਸੀ ਕਿ ਸਭ ਤੋਂ ਵੱਡਾ ਮੈਂ ਸਿੱਖਿਆ ਪੇਸ਼ੈਂਸ, ਕਿਉਂ ਉਦੋਂ ਸਰਕਾਰ ਵੀ ਸਾਡੇ ਉਲਟ ਅਤੇ ਆਪਣੇ ਵੀ ਉਲਟ ਹੋ ਗਏ, ਤਾਂ ਉਹ ਜਿਹੜਾ ਪੇਸ਼ੈਂਸ ਹੈ ਨਾ ਕਿ ਸ਼ੁਰੂ ਸ਼ੁਰੂ 'ਚ ਲੱਗਿਆ ਕਿ ਐਵੇਂ ਕਿਉਂ, ਇੱਦਾਂ ਕਿਉਂ, ਕਿ ਉਹ ਕਹਿੰਦੇ ਆ ਨਾ ਵੀ ਹਮ ਤੋਂ ਗਏ ਥੇ ਆਪਣਾ ਫਰਜ਼ ਸਮਝ ਕਰ, ਲੇਕਿਨ ਵਹਾਂ ਸੇ ਬੇਆਬਰੂ ਹੋ ਕੇ ਨਿਕਲੇ, ਅਸੀਂ ਤਾਂ ਗਏ ਸੀ ਆਪਣੇ ਵਾਲੀ, ਪਰ ਆਪਣੇ ਜਦੋਂ ਕਰਨ ਹੋ ਜਾਂਦੀਆਂ ਨਾ ਚੀਜ਼ਾਂ, ਤਾਂ ਉਹ ਚੀਜ਼ ਨੇ ਫਿਰ ਸਬਰ ਸਿਖਾ ਤਾ ਕਿ ਯਾਰ ਆਪਣੀ ਮੌਜ ਕਰੋ, ਆਪਣੀ ਲਾਈਫ, ਆਪਣਾ ਸਰਕਲ, ਤੁਹਾਡਾ ਕੰਮ। ਇਸ ਲਈ ਮੈਂ ਉਸ ਤੋਂ ਬਾਅਦ ਕੰਟੀਨਿਊਲੀ ਮਿਊਜ਼ਿਕ 'ਤੇ ਆਪਣੀ ਸਿਹਤ 'ਤੇ ਕੰਮ ਕਰ ਰਿਹਾ, ਅਤੇ
ਚਲੋ ਪਰ ਪਿਛਲੇ ਸਾਲ ਆ ਵੀ ਉਸਤਾਦ ਜੀ ਨਾਲ ਗਾਣਾ, ਹੁਣ ਫਿਰ ਕਰ ਰਹੇ ਹਾਂ ਗਾਣਾ ਸ਼ੂਟ, ਥੋੜ੍ਹੇ ਦਿਨਾਂ 'ਚ ਹਫ਼ਤੇ 10 ਦਿਨ 'ਚ ਆ ਜਾਊਗਾ। ਹੋਰ ਬਹੁਤ ਗਾਣੇ ਕੀਤੇ ਆ ਪਿਛਲੇ ਸਾਲ, EP ਕੀਤੀ ਆ ਪੂਰੀ, ਕੰਮ ਸਿਰਫ ਕੰਮ ਕੰਮ ਕੰਮ, ਅਤੇ ਬਾਕੀ ਫਾਲਤੂ ਚੀਜ਼ਾਂ ਨਾ ਮੈਂ ਦੇਖਦਾ ਹੁਣ ਅਤੇ ਨਾ ਕਰਦਾ। ਇਹ ਕਿਸਾਨੀ ਅੰਦੋਲਨ ਤੋਂ ਬਾਅਦ ਤੁਸੀਂ ਆਪਣੇ 'ਚ ਚੇਂਜ ਕੀਤਾ, ਰਾਈਟ? ਹਾਂ। ਓਕੇ, ਸੋ ਇਹਨਾਂ ਨੇ ਹੁਣੇ ਹੀ ਜ਼ਿਕਰ ਕੀਤਾ ਕਿ ਆਪਣੀ, ਹੈ ਨਾ, ਮੈਂ ਸਿਹਤ ਦਾ ਧਿਆਨ ਰੱਖਦਾ ਔਰ ਮਿਊਜ਼ਿਕ ਵੀਡੀਓਜ਼ ਕਰ ਰਿਹਾ, ਗਾਣੇ ਕਰ ਰਿਹਾ, ਪਰਫੋਰਮ ਕਰ ਰਿਹਾ। ਸੋ ਇੱਕ ਬੜੀ ਆਪਾਂ ਸ਼ਹਿਨਾਜ਼ ਦੀ ਟਰਾਂਸਫੋਰਮੇਸ਼ਨ ਦਾ ਜ਼ਿਕਰ ਕੀਤਾ, ਅਰਮਾਨ ਮਲਿਕ ਦੇ ਦੋਨੋਂ ਵਾਈਫਸ ਦੀ ਟਰਾਂਸਫੋਰਮੇਸ਼ਨ ਦਾ ਜ਼ਿਕਰ ਕੀਤਾ, ਪਰ ਇਹ ਲੋਕ ਹਾਈਲਾਈਟ ਹੋ ਜਾਂਦੇ ਨੇ, ਪਰ ਐਕਚੁਅਲ ਦੇ ਵਿੱਚ ਮਿਹਨਤ ਕਰਕੇ ਗਲਵ ਨੇ ਵੀ ਉੱਦਾਂ ਹੀ ਆਪਣੀ ਟਰਾਂਸਫੋਰਮੇਸ਼ਨ ਕੀਤੀ ਹੈ। ਮੈਂ ਜ਼ਰੂਰ ਇਹਦੇ ਬਾਰੇ ਵੀ ਅੱਜ ਗਲਵ ਦੇ ਨਾਲ ਗੱਲ ਕਰੂੰਗੀ ਕਿ ਕਿਸਾਨੀ ਅੰਦੋਲਨ ਤੋਂ ਬਾਅਦ ਇਹਨਾਂ ਨੇ ਕਿੰਨਾ ਵੇਟ ਲੂਜ਼ ਕੀਤਾ, ਟਰਾਂਸਫੋਰਮੇਸ਼ਨ ਦੇ ਬਾਰੇ ਆਪਣੀ ਜ਼ਰੂਰ ਦੱਸੋ, ਕਿਉਂਕਿ ਪਤਾ ਹੋਣਾ ਚਾਹੀਦਾ ਜਿਮ ਸਾਰੇ ਜਾਂਦੇ ਨੇ ਪਰ ਯੂਨੋ ਡਾਇਟ ਵੱਲ ਕੋਈ ਧਿਆਨ ਨਹੀਂ ਦਿੰਦਾ, ਰਿਜ਼ਲਟਸ ਨਹੀਂ ਆਉਂਦੇ। ਸੋ ਇਹ ਤੁਸੀਂ ਸਾਡੇ ਸਾਹਮਣੇ ਬਹੁਤ ਵੱਡੀ ਐਗਜ਼ਾਮਪਲ ਹੋ ਜਿਹਨਾਂ ਨੇ ਇੱਕ ਵੱਡੀ ਟਰਾਂਸਫੋਰਮੇਸ਼ਨ ਕੀਤੀ, ਕਿਉਂਕਿ ਉਹਨਾਂ ਲੋਕਾਂ ਨੂੰ ਅਸੀਂ TV 'ਤੇ ਦੇਖਦੇ ਹਾਂ, ਪਰ ਤੁਸੀਂ ਅੱਜ ਸਾਹਮਣੇ ਬੈਠੇ ਹੋ, ਮੂਹਰੇ ਬੈਠੇ ਹੋ। ਕਿਸਾਨ ਅੰਦੋਲਨ ਤੋਂ ਪਹਿਲਾਂ ਠੀਕ ਫਿੱਟ ਸੀ ਮੈਂ, ਕਿਸਾਨ ਅੰਦੋਲਨ ਦੇ ਵਿੱਚ ਵਰਕਆਊਟ ਨਹੀਂ ਹੋਇਆ 1.5 ਸਾਲ, ਅਤੇ ਖਾਣਾ ਪੀਣਾ ਵੀ ਜਦੋਂ ਹੈ ਨਾ ਉੱਥੇ ਹੈਵੀ ਲੰਗਰ ਜੇ ਵੋ, 93 kg ਦਾ ਹੋ ਗਿਆ ਸੀ ਮੈਂ, ਹੁਣ 79 ਆ। ਅਤੇ ਉਹ ਮੇਰਾ ਉੱਠਣ ਸਾਰ ਸਭ ਤੋਂ ਜਿਹੜਾ ਪਹਿਲਾ ਕਰਮ ਹੈ ਉਹ ਵਰਕਆਊਟ ਹੈ 2-2.5 ਘੰਟੇ ਦਾ ਜਿਮ 'ਚ, ਬਾਕੀ ਸਾਰੇ ਕੰਮ ਬਾਅਦ 'ਚ। ਉੱਠਣ ਸਾਰ ਪਹਿਲਾਂ ਮੈਂ ਆਪਣਾ ਕੋਈ ਵੀ ਬਲੈਕ ਟੀ, ਬਲੈਕ ਕੌਫੀ ਪੀਣੀ ਆ ਜਾਂ ਨਿੰਬੂ ਪਾਣੀ ਪੀ ਕੇ ਸਿੱਧਾ ਜਿਮ, ਬਾਕੀ ਕੋਈ ਵੀ ਕੰਮ ਹੈ ਉਸ ਤੋਂ ਬਾਅਦ ਕਰਨਾ। 9-10 ਵਜੇ ਤੱਕ ਮੈਂ ਆਪਣਾ ਵਰਕਆਊਟ ਕਰਕੇ ਫ੍ਰੀ ਹੋ ਕੇ ਫਿਰ ਦਿਨ ਦੀ ਸਾਰੀ ਜੋ ਵੀ ਕਿਰਿਆ ਉਹ ਕਰੀਦੀ ਹੈ। ਪਰ ਆਪਾਂ ਹੈ ਨਾ ਦੇਖਦੇ ਅਕਸਰ ਕਿ ਆਰਟਿਸਟਿਕ ਲਾਈਫ ਜਿਹੜੀ ਹੈ ਰਾਤ ਨੂੰ ਜ਼ਿਆਦਾ ਡੱਬਿੰਗ ਵਗੈਰਾ ਹੁੰਦੀ ਹੈ, ਗਾਣੇ ਵਗੈਰਾ ਰਾਤ ਨੂੰ ਸ਼ੂਟ ਹੁੰਦੇ ਆ, ਆਈ ਮੀਨ ਰਿਕਾਰਡ ਹੁੰਦੇ ਆ, ਅਤੇ ਫਿਰ ਇਹ ਬੈਲੈਂਸ ਕਿਵੇਂ ਹੁੰਦਾ ਸਵੇਰੇ ਉੱਠਦਾ? ਸਰ ਤੁਸੀਂ ਕਿਵੇਂ ਜਿਮ ਦਾ ਮੈਨੇਜ ਕਰਦੇ ਹੋ ਅਗਰ ਤੁਸੀਂ ਰਾਤ ਨੂੰ ਡੱਬਿੰਗਸ ਵਗੈਰਾ ਕਰਦੇ ਹੋ? ਜਿੱਦਣ ਰਿਕਾਰਡਿੰਗ ਹੁੰਦੀ ਆ, ਮੇਰਾ ਵੈਸੇ ਹੁੰਦਾ ਕਿ ਮਿਊਜ਼ਿਕ ਵਾਲਿਆਂ ਨੂੰ ਕਿ ਸ਼ਾਮ ਨੂੰ 5-6 ਵਜੇ 8-10 ਵਜੇ ਤੱਕ ਰਿਕਾਰਡਿੰਗ ਹੋਵੇ। ਵੈਸੇ ਮੇਰੀ ਰੂਟੀਨ ਹੈ ਕਿ ਮੈਂ 10 ਵਜੇ ਸੌ ਜਾਂਦਾ ਅਤੇ ਸਵੇਰੇ 5:30-6 ਵਜੇ ਉੱਠ ਜਾਂਦਾ, ਇਹ ਪੱਕੀ ਰੂਟੀਨ ਹੈ। ਜੇ ਕੋਈ ਸ਼ੋਅ ਹੈ, ਕੰਮ ਹੈ, ਉਹ ਅਲੱਗ ਚੀਜ਼ ਹੈ, ਪਰ ਆਪਣਾ ਉਹ ਰੂਟੀਨ ਉਵੇਂ ਬਣਾਈ ਹੈ, ਕਿਉਂਕਿ ਰਾਤ ਨੂੰ ਉੱਲੂ ਜਾਗਦੇ ਆ ਬੰਦੇ ਨਹੀਂ। ਮੈਂ ਆਹ ਗੱਲ ਮੈਂ ਵਾਕਈ ਜਾਣਨੀ ਤੁਹਾਡੇ ਕੋਲ ਕਿ ਹੈ ਨਾ ਆਪਾਂ ਆਰਟਿਸਟਿਕ ਜ਼ਿੰਦਗੀ ਨੂੰ ਅਗਰ ਦੇਖੀਏ, ਬੜੇ ਸਾਰੇ ਆਰਟਿਸਟ ਨੇ ਵੀ ਸਾਡੀ ਜੀ ਰਾਤ ਨੂੰ ਡੱਬਿੰਗ ਹੈ, ਅਸੀਂ ਗਾਣੇ ਡੱਬ ਕਰਨੇ ਨੇ ਸਟੂਡੀਓ ਦੇ ਵਿੱਚ, ਰਾਤ ਨੂੰ ਲੋਕ ਸੁੱਤੇ ਹੁੰਦੇ ਨੇ, ਅਸੀਂ ਸ਼ਾਂਤੀ ਨਾਲ ਕੰਮ ਕਰਦੇ ਹਾਂ, ਪਰ ਤੁਸੀਂ ਕਹਿ ਰਹੇ ਹੋ ਮੈਂ 5-6 ਵਜੇ ਰਿਕਾਰਡਿੰਗ ਕਰ ਲੈਣਾ, ਇਹ ਵੀ ਜ਼ਰੂਰ ਰਿਐਲਿਟੀ ਦੱਸੋ ਤੁਸੀਂ। ਰਿਕਾਰਡਿੰਗ ਤਾਂ ਜੇ ਚਲੋ ਲੇਟ ਵੀ ਹੋਣੀ ਆ ਤਾਂ ਇੱਕ ਦਿਨ ਰਿਕਾਰਡਿੰਗ ਕਰਨੀ ਆ, ਹਰ ਰੋਜ਼ ਤਾਂ ਰਿਕਾਰਡਿੰਗ ਨਹੀਂ ਨਾ ਕਰਨੀ, ਪਰ ਤੁਸੀਂ ਆਪਣਾ ਹਰ ਰੋਜ਼, ਇੱਕ ਆਰਟਿਸਟ ਦੀ ਹਰ ਰੋਜ਼ ਰਿਕਾਰਡਿੰਗ ਨਹੀਂ ਹੈ, ਹੈ ਨਾ, ਤਾਂ ਨਾਲੇ ਕੁਦਰਤ ਨੇ ਜਿਵੇਂ ਬਣਾਇਆ ਨਾ ਤੁਹਾਨੂੰ ਵੀ ਰਾਤ ਕਿਉਂ ਬਣਾਈ ਹੈ? ਆਰਾਮ ਲਈ। ਦਿਨ ਕਿਉਂ ਬਣਾਇਆ? ਕੰਮ ਲਈ। ਨਹੀਂ ਤਾਂ ਫਿਰ ਕੁਦਰਤ ਰਾਤ ਹੀ ਰੱਖਦੀ ਕੁਦਰਤ, ਜਾਂ ਫਿਰ ਦਿਨ ਹੀ ਰੱਖਦਾ। ਤਾਂ ਜੈਸਾ ਕੁਦਰਤ ਨੇ ਸ੍ਰਿਸ਼ਟੀ ਬਣਾਈ ਆ, ਤੁਹਾਨੂੰ ਉਹ ਸ੍ਰਿਸ਼ਟੀ 'ਚ ਰਹੋਗੇ, ਫਿੱਟ ਰਹੋਗੇ, ਤੰਦਰੁਸਤ ਰਹੋਗੇ, ਦਰੁਸਤ ਰਹੋਗੇ, ਇਸ ਤੋਂ ਵੱਡਾ ਮੰਤਰੀ ਕੋਈ ਨਹੀਂ। ਜੇ ਤੁਸੀਂ ਕੁਦਰਤ ਦੇ ਨਾਲ ਨਾਲ ਚੱਲੋਗੇ, ਕੋਈ ਸਪਲੀਮੈਂਟ ਕੋਈ ਕੁਛ ਛੱਡਦਾ ਨਹੀਂ ਮੈਂ, ਘਿਓ, ਦੁੱਧ, ਰੋਟੀ ਖਾਂਦਾ, ਕੋਈ ਸਪਲੀਮੈਂਟ ਨਹੀਂ, ਕੋਈ ਉਹ ਨਹੀਂ ਖਾਏਗਾ, ਪਾਊਡਰ ਨਹੀਂ ਖਾਂਦਾ, ਕੋਈ BCA ਨਹੀਂ, ਕੁਛ ਨਹੀਂ, ਸਿੰਪਲ ਸਿੱਧੀ ਜਿਹੜੀ ਘਰ ਦੀ ਡਾਇਟ ਆ ਉਹ ਹੀ ਖਾਣੀ ਆ। ਅਤੇ ਇੱਕ ਕੁਦਰਤ ਨੇ ਜਿਵੇਂ ਬਣਾਇਆ ਕਿ ਰਾਤ ਨੂੰ ਸੋਣਾ, ਦਿਨੇ ਉੱਠਣਾ, ਸੂਰਜ ਦੇ ਨਾਲ ਜਾਂ ਸੂਰਜ ਚੜ੍ਹਨ ਤੋਂ ਪਹਿਲਾਂ ਉੱਠ ਜਾਓ, ਤਾਂ ਉਹਦੇ 'ਚ ਬਹੁਤ ਐਨਰਜੀ ਹੁੰਦੀ ਹੈ, ਪਾਵਰ ਹੁੰਦੀ ਹੈ, ਇੱਕ ਸਪਿਰਚੁਅਲੀ ਵੀ ਅਤੇ ਵੈਸੇ ਵੀ ਤੁਹਾਡੇ ਸਿਹਤ ਦੇ ਅਕੋਰਡਿੰਗ। ਪਰਮਾਤਮਾ 'ਚ ਕਿੰਨਾ ਕੁ ਵਿਸ਼ਵਾਸ ਹੈ ਤੁਹਾਨੂੰ? ਪਰਮਾਤਮਾ ਤੋਂ ਬਿਨਾਂ ਪੱਤਾ ਵੀ ਨਹੀਂ ਹਿਲਦਾ, ਤਾਂ ਪਰਮਾਤਮਾ 'ਚ ਹੀ ਵਿਸ਼ਵਾਸ ਹੈ, ਜੋ ਕੁਛ ਕਰਦਾ ਪਰਮਾਤਮਾ ਕਰਦਾ, ਉਹਦੇ ਭਾਣੇ 'ਚ ਹੀ ਆ। ਨਹੀਂ ਤਾਂ ਜਿੰਨੇ ਸਾਲ ਮੈਨੂੰ ਹੋ ਗਏ ਤਾਂ ਡਿਪਰੈਸ਼ਨ 'ਚ ਹੀ ਬੰਦੇ ਚੱਲ ਜਾਂਦੇ ਆ। ਇੱਥੇ ਮੈਂ ਦੇਖਿਆ 6-6 ਮਹੀਨੇ ਹਾਲੇ ਹੋਏ ਨਹੀਂ ਹੁੰਦੇ ਕਿ ਸਾਡਾ ਕੁਛ ਬਣ ਨਹੀਂ ਰਿਹਾ, ਸਾਡਾ ਕੁਛ ਬਣ ਨਹੀਂ ਰਿਹਾ। ਮੇਰਾ ਤਾਂ 2010 'ਚ ਪਹਿਲੀ ਐਲਬਮ ਆ ਗਈ ਸੀ, ਅਤੇ ਆਪਾਂ ਅੱਜ ਤੱਕ ਵੀ ਉਸੇ ਹੀ ਮਿਹਨਤ ਨਾਲ, ਉਸੇ ਹੀ ਦੌੜ 'ਚ,
ਅਤੇ ਓਨੇ ਹੀ ਸਬਰ ਓਨੀ ਹੀ ਮਿਹਨਤ ਨਾਲ ਲੱਗੇ ਹੋਏ ਹਾਂ ਅਤੇ ਠੀਕ ਹੈ, ਪਰਮਾਤਮਾ ਦੀ ਮਿਹਰ। ਸੋ ਪਰਮਾਤਮਾ ਨੂੰ ਵੀ ਹੁਣ ਕਹਿ ਸਕਦੇ ਹਾਂ ਅਸੀਂ, ਹੈ ਨਾ, ਵੀ ਲੋਕਾਂ ਨੇ ਡਿਵਾਈਡ ਕਰਤਾ, ਰੱਬ ਤਾਂ ਇੱਕ ਹੀ ਹੈ। ਸੋ ਇਹਦੇ ਬਾਰੇ ਤੁਹਾਡਾ ਪੁਆਇੰਟ ਆਫ ਵਿਊ ਕੀ ਹੈ? ਅਲੱਗ ਅਲੱਗ ਜਗ੍ਹਾਵਾਂ 'ਤੇ ਜਾ ਕੇ, ਹੈ ਨਾ, ਲੋਕ ਮੱਥਾ ਟੇਕਦੇ ਹੈ, ਕੋਈ ਕਿਸੇ ਨੂੰ ਮੰਨਦਾ, ਕੋਈ ਕਿਸੇ ਨੂੰ ਮੰਨਦਾ, ਚਲੋ ਹਰ ਕਿਸੇ ਦੀ ਰਿਸਪੈਕਟ ਕਰਦੇ ਹਾਂ ਅਸੀਂ, ਹੈ ਨਾ, ਪਰ ਇਹਦੇ ਬਾਰੇ ਤੁਹਾਡਾ ਕੀ ਵਿਚਾਰ ਹੈ? ਕਿਉਂਕਿ ਆਪਾਂ ਐਡੈਂਟ ਇਹੀ ਕਹਿੰਦੇ ਕਿ ਰੱਬ ਇੱਕ ਹੈ, ਪਰਮਾਤਮਾ ਇੱਕ ਹੈ। ਦੇਖੋ, ਜਿਹੜਾ ਮੰਨਣ ਵਾਲਾ ਹੈ ਨਾ, ਮੰਨਣ ਵਾਲੇ ਤਾਂ ਪੱਥਰ 'ਚੋਂ ਰੱਬ ਪਾ ਲਿਆ, ਹੈ ਨਾ, ਤਿੰਨੇ ਭਗਤ ਹੋਰਾਂ ਨੇ। ਤਾਂ ਜਿਹੜਾ ਜਿਹਨੂੰ ਮੰਨਦਾ ਨਾ, ਉਹਨੂੰ ਮੰਨਣ ਦਿਓ ਯਾਰ। ਮੈਨੂੰ ਜੰਮਿਆ ਮੇਰੇ ਮਾਂ ਪਿਓ ਨੇ, ਉਹਨਾਂ ਨੇ ਮੈਨੂੰ ਜਦੋਂ ਮੈਂ 4-5 ਸਾਲ ਦਾ, ਉਹਨਾਂ ਨੇ ਮੈਨੂੰ ਦੱਸਿਆ ਕਿ ਆਪਾਂ ਸਿੱਖ ਹਾਂ ਜਾਂ ਆਪਾਂ ਹਿੰਦੂ ਹਾਂ ਜਾਂ ਆਪਾਂ ਮੁਸਲਿਮ ਹਾਂ। ਉਸ ਤੋਂ ਬਾਅਦ ਮੈਂ ਆਪਣੀ ਜ਼ਿੰਦਗੀ 'ਚ ਪੜ੍ਹਿਆ ਜਾਂ ਵਿਚਰਿਆ ਜਾਂ ਦੁਨੀਆਦਾਰੀ ਦੇਖੀ, ਜਦੋਂ ਸਾਰੀ ਦੁਨੀਆ ਦੇਖੀ, ਹੋ ਸਕਦਾ ਮੇਰੀ ਲਿਵ ਕਿਤੇ ਹੋਰ ਲੱਗ ਗਈ ਸਪਿਰਚੁਅਲੀ, ਧਾਰਮਿਕ ਪੱਖ ਤੋਂ। ਤਾਂ ਫਿਰ ਕਿੰਤੂ ਪਰੰਤੂ ਨਹੀਂ ਹੋਣਾ ਚਾਹੀਦਾ ਕਿ ਯਾਰ ਹਰ ਕੋਈ ਧਰਮ ਦਾ ਠੇਕੇਦਾਰ ਨਾ ਬਣੇ। ਅਸੀਂ ਆਪਣੇ ਧਰਮ ਨੂੰ ਬਚਾਈਏ, ਆਪਣੇ ਧਰਮ ਲਈ ਕੰਮ ਕਰੀਏ, ਪਰ ਦੂਜਾ ਕਿੱਥੇ ਜਾ ਰਿਹਾ ਸਾਨੂੰ ਹੱਕ ਨਹੀਂ। ਸਾਨੂੰ ਕੁਦਰਤ ਨੇ ਜਿਹਨੂੰ ਜਨਮ ਦਿੱਤਾ ਉਹਨੂੰ ਹੱਕ ਹੈ ਜਿੱਥੇ ਮਰਜ਼ੀ ਜਾਵੇ, ਜਿਹਨੂੰ ਮਰਜ਼ੀ ਮੰਨੇ। ਅਸੀਂ ਕਿਉਂ ਵਿੱਚ ਰੋੜਾ ਬਣਦੇ ਹਾਂ? ਕਿਉਂਕਿ ਜਦੋਂ ਅਸੀਂ ਰੋੜਾ ਬਣਦੇ ਹਾਂ, ਅਸੀਂ ਆਪਦਾ ਨੁਕਸਾਨ ਕਰ ਰਹੇ ਹਾਂ। ਜਿਹਦੇ ਬਾਰੇ ਬੋਲ ਰਹੇ ਹਾਂ ਉਹਦਾ ਨਹੀਂ, ਉਹਦੇ ਤਾਂ ਪਾਪ ਧੋ ਰਹੇ ਹਾਂ ਅਸੀਂ, ਉਹਨੂੰ ਤਾਂ ਕਲੀਨ ਕਰ ਰਹੇ ਹਾਂ, ਆਪ ਅਸੀਂ ਗੰਦੇ ਹੋ ਰਹੇ ਹਾਂ। ਜਦੋਂ ਅਸੀਂ ਕਿਸੇ 'ਤੇ ਸਵੱਟਾ ਸਿੱਟਦੇ ਹਾਂ, ਚਿੱਕੜ ਸਿੱਟਦੇ ਹਾਂ, ਗਾਲ ਕੱਢਦੇ ਹਾਂ, ਕਿਸੇ ਨੂੰ ਕੁਛ ਬੋਲਦੇ ਹਾਂ, ਪਹਿਲਾਂ ਅਸੀਂ ਵੀ ਸੀ, ਮੈਂ ਵੀ ਰਿਪਲਾਈ ਕਰਦਾ ਹੁੰਦਾ ਸੀ ਵੀ ਤੇਰੀ ਐਸੀ ਦੀ, ਅਤੇ ਅਸੀਂ ਤੂੰ ਮੈਨੂੰ ਕਿਵੇਂ, ਤੂੰ ਮੈਨੂੰ ਜਾਣਦਾ ਹੀ ਨਹੀਂ ਯਾਰ, ਤੂੰ ਮੇਰੇ ਬਾਰੇ ਬੋਲ ਸਕਦਾ? ਹੁਣ ਨਹੀਂ, ਹੁਣ ਜੇ ਕੋਈ ਕਮੈਂਟ ਕਰਦਾ ਨਾਲ ਦੀ ਨਾਲ ਬਲੌਕ, ਕਿ ਯਾਰ ਮੈਂ ਆਪਣੀ ਐਨਰਜੀ ਇਹਦੇ 'ਤੇ ਕਿਉਂ ਲਵਾਂ? ਮੇਰੀ ਐਨਰਜੀ ਆ ਜਿਹੜੀ ਮੈਂ ਆਪਣੇ ਕੰਮ 'ਤੇ ਲਾਊਂਗਾ, ਆਪਣੇ ਪਰਿਵਾਰ 'ਚ ਲਾਊਂਗਾ, ਆਪਣੀ ਫੈਮਿਲੀ 'ਤੇ ਲਾਊਂਗਾ। ਸਭ ਤੋਂ ਵੱਧ ਤਾਂ ਆਪਣੇ ਆਪ ਨੂੰ ਟਾਈਮ ਦੇਣ ਦੀ ਲੋੜ ਹੁੰਦਾ। ਜੇ ਤੁਸੀਂ ਆਪਣੇ ਆਪ ਨੂੰ ਟਾਈਮ ਦੇ ਲੈਂਦੇ ਹੋ, ਫਿਰ ਤੁਸੀਂ ਸਾਰੀਆਂ ਚੀਜ਼ਾਂ ਬੈਲੈਂਸ ਕਰ ਲੈਂਦੇ ਹੋ। ਜਦੋਂ ਤੁਸੀਂ ਆਪਣਾ ਟਾਈਮ ਕਿਸੇ 'ਤੇ ਵੇਸਟ ਕਰ ਰਹੇ ਹੋ ਔਰ ਨੈਗੇਟਿਵ ਚੀਜ਼ਾਂ 'ਤੇ ਵੇਸਟ ਕਰ ਰਹੇ ਹੋ ਕਿ ਇਹਨੇ ਮੈਨੂੰ ਕਿਵੇਂ ਕਹਿਤਾ, ਤਾਂ ਫਿਰ ਤੁਸੀਂ ਆਪਣਾ ਸਾਰਾ ਬੈਲੈਂਸ ਖਰਾਬ ਕਰ ਰਹੇ ਹੋ, ਉਹਦੇ ਤੋਂ ਬਚਣ ਦੀ ਲੋੜ ਆ। ਬੈਡ ਲੱਕ ਕੀ ਹੈ ਲਾਈਫ 'ਚ ਅੱਜ ਤੱਕ, ਅਗਰ ਮੈਂ ਪੁੱਛਾਂ ਤੁਹਾਨੂੰ ਕੀ ਰਿਹਾ ਬੈਡ ਲੱਕ ਅਤੇ ਗੁੱਡ ਲੱਕ ਕੀ ਹੈ? ਗੁੱਡ ਲੱਕ ਤਾਂ ਮੇਰਾ ਇਹੀ ਹੈ ਕਿ ਪਰਮਾਤਮਾ ਨੇ ਮੈਨੂੰ ਸਿਹਤ ਦਿੱਤੀ ਹੈ, ਮੈਨੂੰ ਤੰਦਰੁਸਤੀ ਦਿੱਤੀ ਹੈ। ਬੈਡ ਲੱਕ ਤਾਂ ਕੁਛ ਵੀ ਨਹੀਂ ਗਾ। ਬੈਡ ਲੱਕ ਤਾਂ ਜੇ ਸੋਚੋਗੇ ਤਾਂ ਦਿਨ 'ਚ ਹਰ ਰੋਜ਼ ਪਤਾ ਨਹੀਂ ਕੀ ਕੁਛ ਹੁੰਦਾ, ਹੈ ਨਾ। ਬੈਡ ਲੱਕ ਜੇ ਮੈਂ ਕਹਾਂ ਕਿ ਕਿਸਾਨ ਅੰਦੋਲਨ ਤੋਂ ਬਾਅਦ ਇਹ ਚੀਜ਼ ਹੋ ਗਈ ਕਿ ਮੈਂ ਸਮਾਜਿਕ ਪੱਖ 'ਤੇ ਬੋਲਦਾ ਬਹੁਤ ਸੀ, ਮੈਂ ਵੀਡੀਓਜ਼ ਪਾਉਂਦਾ ਰਹਿੰਦਾ ਸੀ, ਮੈਂ ਸਰਕਾਰਾਂ ਨਾਲ ਵੀ ਮੱਥੇ ਲਏ। ਮੈਂ 1200-1300 ਕਿਲੋਮੀਟਰ ਇਕੱਲਾ ਸਾਈਕਲ ਅਗੇਂਸਟ ਚਿੱਟੇ ਡਰੱਗ ਦੇ ਇਕੱਲੇ ਨੇ ਚਲਾਇਆ 2018 'ਚ। ਉਹ ਚੀਜ਼ਾਂ ਕੀਤੀਆਂ, ਹੋਰ ਕਰਦਾ ਸੀ, ਪਰ ਜਦੋਂ ਫਿਰ ਵੀ ਕੁਛ ਬੁਰਾ ਹੀ ਸੁਣਨ ਨੂੰ ਮਿਲਦਾ, ਤੁਸੀਂ ਐਡੇ ਐਡੇ ਸਟੈਂਡ ਲੈ ਲਏ, ਹੈ ਨਾ, ਪਤਾ ਸੀ ਮੈਨੂੰ ਵੀ ਇਹ ਕੁਝ ਚੀਜ਼ਾਂ ਉਲਟਾਉਣਗੀਆਂ, ਪਰ ਜਿਹੜੇ ਬੰਦੇ ਚੁੱਪ ਹੋ ਗਏ, ਉਹ ਫੋਨ ਕਰਕੇ ਤੇਰੇ ਨਾਲ ਹਾਂ ਤੂੰ ਸਹੀ ਹੈ, ਉਹ ਬੰਦੇ ਜਦੋਂ ਪਰ ਸਮਾ ਦੁਨਿਆਵੀ ਪੱਖ 'ਤੇ ਸਾਹਮਣੇ ਨਹੀਂ ਆਏ ਉੱਦਾਂ ਫੋਨ ਕਰਕੇ, ਫਿਰ ਉਹਨੂੰ ਮੈਂ ਐਂ ਕਹਿੰਦਾ ਕਿ ਯਾਰ ਫਿਰ ਆਪਾਂ ਕਰਦੇ ਕਿਹਦੇ ਲਈ ਹਾਂ? ਫਿਰ ਮੈਂ ਸਮਾਜ ਦਾ ਕਿਸੇ ਨੂੰ ਮੈਂ ਕਹਿੰਦਾ ਸਮਾਜ ਦਾ ਠੇਕਾ ਨਾ ਲੈ ਕੇ ਸਮਾਜ ਨੂੰ ਆਪਾਂ ਨਹੀਂ ਸੁਧਾਰ ਸਕਦੇ। ਮੇਰੇ ਗੁਆਂਢ 'ਚ ਕੋਈ ਦੁੱਖ ਤਕਲੀਫ 'ਚ ਹੈ ਜਾਂ ਕੋਈ ਮਾੜੇ ਦੌਰ 'ਚ ਹੈ ਨਾ, ਉਹਨੂੰ ਸੰਭਾਲ ਲਓ, ਉਹਨੂੰ ਸੰਭਾਲੋ ਕਿ ਅੱਗੇ ਕਿਸੇ ਨੂੰ ਸੰਭਾਲ ਲਊਗਾ, ਸਮਾਜ ਠੀਕ ਹੋ ਜੂਗਾ। ਅਸੀਂ ਭਾਸ਼ਣ ਦੇਈ ਜਾਈਏ ਸਟੇਜਾਂ 'ਤੇ ਜਾਂ ਸਾਰੀ ਇੱਕ ਘਰ ਦੇ ਵਿੱਚ ਤਾਂ ਪਰਿਵਾਰ ਨਹੀਂ ਸਾਂਭਿਆ ਜਾਂਦਾ, ਅਸੀਂ ਦੁਨੀਆ ਕਿੱਥੇ ਸੰਭਾਲਾਂਗੇ? ਪਰ ਆਪਾਂ ਨੇ ਮੈਂ ਆਪਣੀ ਜ਼ਿੰਦਗੀ ਦਾ ਮੰਤਰ ਇਹ ਬਣਾਇਆ ਕਿ ਕੁਛ ਨਹੀਂ ਕਿਸੇ ਲਈ ਬੋਲਣਾ, ਤੇਰੇ ਨਾਲ ਤੇਰੇ ਗੁਆਂਢ 'ਚ ਤੇਰੇ ਸਰਕਲ 'ਚ ਯਾਰ ਮੈਂ ਦੁਨੀਆ ਨੂੰ ਵੰਡ ਰਿਹਾ ਗਿਆਨ, ਹੈ ਨਾ, ਇੱਦਾਂ ਕਰ ਲਓ ਉੱਦਾਂ ਕਰ ਲਓ, ਅਤੇ ਮੇਰਾ ਯਾਰ ਦੋਸਤ ਹੈ ਵਿਚਾਰਾ ਉਹ ਕਿਸੇ ਤਕਲੀਫ 'ਚ ਹੈ ਨਾ, ਫਾਈਨੈਂਸ਼ਲੀ ਜਾਂ ਕੋਈ ਹੋਰ
ਹੈ ਨਾ, ਰੋਟੀ ਵੱਲੋਂ ਜਾਂ ਛੱਤ ਵੱਲੋਂ ਕਿਸੇ ਵੀ ਪੱਖ ਤੋਂ ਹੋ ਸਕਦਾ ਡਿਪਰੈਸ਼ਨ 'ਚ ਆ, ਜਦੋਂ ਉਹਨਾਂ ਹੱਸ ਕੇ ਚਾਰ ਗੱਲਾਂ ਹੀ ਕਰ ਲਈਆਂ ਤਾਂ ਇਹਦਾ ਇੰਨੀ ਬਹੁਤ ਹੁੰਦਾ। ਖਾਣ ਨੂੰ ਕੋਈ ਵੀ ਕਿਸੇ ਨੂੰ ਦਿੰਦਾ, ਹਰ ਬੰਦਾ ਆਪਣੇ ਭਾਗ ਦਾ ਆਪਣੀ ਕਿਸਮਤ ਦਾ ਖਾਂਦਾ, ਪਰ ਜਦੋਂ ਤੁਸੀਂ ਕਿਸੇ ਬੰਦਾ ਕੋਈ ਦੁੱਖ ਤੁੱਖ ਤਕਲੀਫ 'ਚ ਨਾ, ਉਹਦੇ ਨਾਲ ਗੱਲਾਂ ਕਰ ਲਓ ਨਾ ਵੀ ਕੋਈ ਨਹੀਂ ਤੇਰੇ ਨਾਲ ਆ ਯਾਰ, ਟੈਨਸ਼ਨ ਕਾਹਦੀ ਲੈਣਾ, ਪਰਵਾਹ ਨਾ ਕਰ, ਬੰਦਾ ਇੰਨੀ ਐਨਰਜੀ ਬਹੁਤ ਹੁੰਦੀ ਹੈ। ਉਹ ਥਾਪੜਾ ਦੇਣ ਵਾਲਾ ਨਹੀਂ ਸੀ ਮਿਲਿਆ ਉਦੋਂ ਕੋਈ, ਤਾਂ ਉਹ ਚੀਜ਼ ਨੇ ਫਿਰ ਪੇਸ਼ੈਂਸ ਦਿੱਤਾ ਬਹੁਤ, ਅਤੇ ਸਿੱਧਾ ਫਿਰ ਚੁਪਈ ਸਾਹਿਬ ਹੀ ਹੁੰਦਾ ਹੁਣ, ਬਸ ਇਦੂ ਬਾਅਦ ਕੁਛ ਨਹੀਂ। ਸੋ ਮਤਲਬ ਤੁਸੀਂ ਪਰਮਾਤਮਾ ਨੂੰ ਮੰਨਦੇ ਹੋ, ਵਿਸ਼ਵਾਸ ਰੱਖਦੇ ਹੋ ਅਤੇ ਤੁਸੀਂ ਪੋਜ਼ਿਟਿਵ ਹੋ, ਔਰ ਹੁਣ ਤੁਸੀਂ ਪੋਜ਼ਿਟਿਵਿਟੀ ਸਪਰੈਡ ਕਰਦੇ ਹੋ ਰਾਈਟ ਹਰ ਪਾਸੇ, ਦੈਟਸ ਵੈਰੀ ਗੁੱਡ। ਸੋ ਇੱਕ ਗੱਲ ਦੱਸੋ ਵੀ ਇੰਡਸਟਰੀ ਦੇ ਵਿੱਚ ਬਹੁਤ ਸਾਰੇ ਦੋਸਤ ਨੇ ਤੁਹਾਡੇ, ਹੈ ਨਾ, ਕਿਹੜਾ ਇਹੋ ਜਿਹਾ ਦੋਸਤ ਹੈ ਜਿਹਨੂੰ ਤੁਸੀਂ ਹੁਣੇ ਬੈਠੇ ਬੈਠੇ ਕਾਲ ਲਾਓਗੇ ਤਾਂ ਤੁਹਾਡਾ ਕਾਲ ਚੱਕ ਲੂਗਾ? ਕਾਲ ਕੋਈ ਵੀ ਚੱਕ ਸਕਦਾ। ਕਿਸੇ ਪਰਟੀਕੁਲਰ ਇੱਕ ਆਰਟਿਸਟ ਦਾ ਨਾਮ ਲੈ ਕੇ ਜ਼ਰੂਰ ਉਹਨਾਂ ਨੂੰ ਕਾਲ ਡਾਇਲ ਕਰੋ ਅਤੇ ਉਹਨਾਂ ਨਾਲ ਗੱਲ ਕਰੋ ਵੀ ਹਾਏ ਹੈਲੋ ਤੂੰ ਕਿਵੇਂ ਹੈ, ਔਰ ਅੱਜ ਸ਼ਾਮ ਨੂੰ ਮਿਲਦੇ ਹਾਂ ਆਪਾਂ। ਯਾਰ ਨਿਸ਼ਾਨ ਨੂੰ ਲਾਵਾਂ, ਕਿਹਨੂੰ ਲਾਵਾਂ, ਦਿਲਪ੍ਰੀਤ ਨੂੰ ਕਿਹਨੂੰ ਲਾਵਾਂ, ਜੱਸੀ ਲਾਓ ਕਿ ਉਹਨਾਂ ਦਾ, ਜੱਸੀ ਉਹ ਸ਼ੂਟ ਕਰੀ ਜਾਂਦਾ ਯਾਰ, ਉਹ ਤਾਂ ਦਿਲਪ੍ਰੀਤ ਨੂੰ ਮੈਂ ਦੇਖਦਾ, ਹਾਲੇ ਕੱਲ੍ਹ ਹੀ ਬੈਠੇ ਸੀ ਅਸੀਂ ਇਕੱਠੇ, ਪਰਸੋਂ ਪ੍ਰੋਗਰਾਮ ਇਕੱਠਾ ਹੀ ਸਾਡਾ। ਅੱਜ ਕੱਲ੍ਹ ਸ਼ੋਅ ਸਟਾਰਟ ਹੋ ਗਏ ਸਾਰੇ ਕਲਾਕਾਰਾਂ ਦੇ। ਇੰਟਰਵਿਊ ਤੋਂ ਬਾਅਦ ਹੈ ਨਾ, ਕਦੋਂ ਵੀ ਆ ਸਕਦੀ ਹੈ। ਹਾਂ ਸ਼ਹਿਬਾਜ਼, ਮੈਂ ਇੰਟਰਵਿਊ ਕਰ ਰਿਹਾ ਸਪੀਕਰ ਤੇ ਆ ਦੈਨਿਕ ਸਵੇਰਾ ਦੀ, ਉਹ ਕਹਿੰਦੇ ਕਿਹੜੇ ਦੋਸਤ ਨੂੰ ਫੋਨ ਲਾਓਗੇ ਸੈਲੀਬ੍ਰਿਟੀ ਨੂੰ। ਹਾਂ ਮਨਪ੍ਰੀਤ ਖੁੱਲਰ ਉਹੀ ਗੱਲ ਕਰ ਰਿਹਾ। ਹੈਂ ਗੈਵੀ ਦੇ ਫੋਨ ਤੇ ਫੋਨ ਕਰ ਲੋ ਬਾਈ, ਇੱਕ ਮਿੰਟ ਹੀ ਕਰ ਲੈ ਗੱਲ, ਹੋਰ ਸੁਣਾ ਕਿੱਥੇ ਆ? ਮੈਂ ਭਾਜੀ ਇੱਥੇ ਰੋਲ ਐਕਸਪ੍ਰੈਸ। ਓਕੇ ਠੀਕ ਹੈ ਠੀਕ ਹੈ, ਆ ਗਿਆ ਪਹਾੜਾਂ ਤੋਂ ਵਾਪਸ। ਹੈ ਇਹ ਕਿਤੇ ਸਵਾਲ ਤਾਂ ਨਹੀਂ ਪੁੱਛਣ ਲੱਗੇ, ਜਿਹੜੇ ਯਾਰ ਨੂੰ ਤੁਸੀਂ ਫੋਨ ਕਰੋਗੇ 50,000 ਮੰਗ ਕੇ ਦੇਖੋ ਕਲੱਬ ਜਿਹੜੇ ਮਰਜ਼ੀ ਦੀ ਐਂਟਰੀ ਲੈ ਲਓ। ਚਲੋ ਓਕੇ, ਦੈਟਸ ਵੈਰੀ 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 ਗੁੱਡ। ਸੋ ਇਹ ਬੜਾ ਇੰਟਰਸਟਿੰਗ ਪਾਰਟ ਸੀਗਾ, ਹੈ ਨਾ। ਦੇਖੋ ਬਈ ਉਹ ਬਿਜ਼ੀ ਨੇ, ਸ਼ਹਿਬਾਜ਼ ਸ਼ਹਿਨਾਜ਼ ਦੇ ਬ੍ਰਦਰ, ਉਹਨਾਂ ਨੇ ਫਿਰ ਵੀ ਕਾਲ ਚੱਕੀ ਹੈ। ਸੋ ਇਹ ਸਨੈਪਚੈਟ ਦਾ ਬੜਾ ਟ੍ਰੈਂਡ ਹੈ, ਹੈ ਨਾ, ਅੱਜ ਕੱਲ੍ਹ ਨੋਰਮਲ ਕਾਲ ਨਹੀਂ ਆਪਾਂ ਕਰਦੇ, ਵਟਸਐਪ ਕਾਲ ਨਹੀਂ ਕਰਦੇ ਆਪਾਂ, ਨੋਰਮਲ ਕਾਲਿੰਗ ਹੀ ਬੰਦ ਕਰਾਤੀ ਹੈ, ਲੇਕਿਨ ਸਨੈਪਚੈਟ ਕਾਲਿੰਗ ਚੱਲਦੀ ਹੈ ਅੱਜ ਕੱਲ੍ਹ। ਆਰਟਿਸਟ ਦਾ ਪਤਾ ਕੀ ਹੋਇਆ, ਥੋੜ੍ਹਾ ਜਿਹਾ ਇੱਕ ਬੈਡ ਜਿਹੜਾ ਟਾਈਮ ਚੱਲ ਰਿਹਾ ਕਾਲਿੰਗਾਂ ਕੁਲਿੰਗਾਂ ਵਾਲਾ, ਉਹਦੇ ਕਰਕੇ ਸਭ ਦੇ ਨੰਬਰ ਐਂ ਕੁਇਕ ਚੇਂਜ ਹੋ ਰਹੇ ਆ, ਅਤੇ ਉਹਦੇ ਲਈ ਕੀ ਹੈ ਕਿ ਹੁਣ ਕੋਈ ਨੰਬਰ ਜਿਹੜਾ ਸਰਕਲ ਹੈ, ਫਰੈਂਡ ਸਰਕਲ, ਸਨੈਪਚੈਟ 'ਤੇ ਜੇ ਇੱਕ ਦੂਜੇ ਨੂੰ ਫੋਲੋ ਕੀਤਾ ਤਾਂ ਕਾਲ ਹੋਊਗੀ, ਨਹੀਂ ਤਾਂ ਕਾਲ ਨਹੀਂ ਹੋਣੀ। ਤਾਂ ਉੱਥੇ ਹੈ ਕਿ ਉਹ ਕਿਸੇ ਨੇ ਉਹਨੂੰ ਦੂਜੇ ਨੇ ਤਾਂ ਫੋਲੋ ਨਹੀਂ ਕੀਤਾ, ਉਹਨੂੰ ਉਹੀ ਫੋਲੋ ਕਰੂਗਾ ਜਿਹਨੇ ਉਹਨੂੰ ਫੋਲੋ ਕੀਤਾ ਹੋਇਆ ਈਚ ਨੂੰ, ਹੈ ਨਾ, ਈਚ ਅਦਰ। ਤਾਂ ਉੱਥੇ ਫਿਰ ਕਾਲ ਹੈ ਵੀ ਉਹ ਚੇਂਜ ਨਹੀਂ ਹੋਣੀ, ਨੰਬਰ ਤਾਂ ਪਤਾ ਨਹੀਂ ਚੇਂਜ ਕਦੋਂ ਹੋ ਜੇ, ਨੰਬਰ ਚੇਂਜ ਕਰਨੇ ਪੈ ਰਹੇ ਆ, ਸਭ ਨੂੰ ਕਰਨੇ ਪਏ, ਮਜਬੂਰੀਆਂ ਨੇ, ਕਿਉਂਕਿ ਨੰਬਰ ਨਵਾਂ ਲੈਂਦੇ ਹਾਂ ਉਹ ਫਿਰ ਅੱਗੇ ਦੀ ਅੱਗੇ ਅੱਗੇ ਚਲਾ ਜਾਂਦਾ, ਫਿਰ ਨਾ ਕਿਤੇ ਫਿਰ ਉੱਤੇ। ਉਹ ਹਰ ਬੰਦਾ ਆਪਣੀ ਜ਼ਿੰਦਗੀ 'ਚ ਸਕੂਨ ਚਾਹੁੰਦਾ ਯਾਰ, ਕੱਲ੍ਹ ਨੂੰ ਯਾਰ ਮਿਹਨਤ ਨਾਲ ਪੈਸੇ ਬਣਾਏ ਆ, ਮਿਹਨਤ ਨਾਲ, ਕੋਈ ਪਤਾ ਨਹੀਂ ਬੰਦਾ
ਕਿੰਨੇ ਸਾਲ ਲਾ ਕੇ ਆਇਆ ਹੁੰਦਾ, ਕੱਲ੍ਹ ਨੂੰ ਬੋਲਣ ਵਾਲਾ ਕੋਈ ਬੋਲ ਦਿੰਦਾ, ਮਿੰਟ 'ਚ ਬੋਲ ਦਿੰਦਾ। ਹੁਣ ਮੈਂ 2010 ਤੋਂ ਲਾ ਲਓ ਵੀ ਪਰਮਾਤਮਾ ਨੇ ਹੁਨਰ ਦਿੱਤਾ ਉਹਦੇ 'ਚ ਲੱਗੇ ਹੋਏ ਹਾਂ, ਅੱਜ 2024 ਚੱਲਦਾ ਲਾ ਲਓ 15 ਸਾਲ ਹੋ ਗਏ ਉਸ, ਇਹ ਤਾਂ ਇੰਡਸਟਰੀ 'ਚ ਆਏ ਨੂੰ ਹੋ ਗਏ। ਉਸ ਤੋਂ ਪਹਿਲਾਂ ਮੈਂ ਮਿਹਨਤ ਕੀਤੀ ਜਿਹੜੀ 3-4 ਸਾਲ ਸਿੱਖਿਆ, ਉਸ ਤੋਂ ਪਹਿਲਾਂ ਭੰਗੜਾ ਪਾਇਆ, NZCC ਨਾਲ ਕੰਮ ਕੀਤਾ, ਮਤਲਬ 20-22-23 ਸਾਲ ਹੋ ਗਿਆ ਜਦੋਂ ਦੀ ਬਸ ਸੁਰਤ ਸੰਭਾਲੀ ਹੈ ਇਹੀ ਕੁਛ ਕਰ ਰਹੇ ਹਾਂ। ਅਤੇ ਇੰਨੇ ਸਾਲ ਦੇ ਵਿੱਚ ਕਹਿਣ ਵਾਲਾ ਮਿੰਟ 'ਚ ਕਹਿ ਦਿੰਦਾ ਇੱਦਾਂ ਨਹੀਂ ਤਾਂ ਉੱਦਾਂ, ਉੱਦਾਂ ਨਹੀਂ ਤਾਂ ਇੱਦਾਂ, ਪਰ ਠੀਕ ਹੈ ਇਹ ਚੀਜ਼ ਸਿਖਾ ਤੀ ਪਰਮਾਤਮਾ ਨੇ, ਸਬਰ ਦੇ ਤਾ ਅਤੇ ਇੱਕ ਪੇਸ਼ੈਂਸ ਦੱਸ ਤੀ। ਅਤੇ ਯਾਰ ਕਿਸੇ ਦਾ ਬੁਰਾ ਨਹੀਂ ਮੰਗਣਾ, ਜਿਹੜਾ ਤੁਹਾਨੂੰ ਗਾਲ ਵੀ ਕੱਢਦਾ ਉਹਦਾ ਵੀ ਭਲਾ ਹੀ ਹੋਵੇ, ਹਾਂ ਉਹਨੂੰ ਆਪਣੇ ਸਾਈਡ 'ਤੇ ਕਰਕੇ ਉਹਦਾ ਭਲਾ ਮੰਗੋ ਕਿ ਯਾਰ ਤੂੰ ਜਿਉਂਦਾ ਵੱਸਦਾ ਰਹਿ। ਸੋ ਪਹਿਲੀ ਵਾਰ ਕਿਹਨੂੰ ਮੰਨਦੇ ਹੋ ਕਿ ਫਸਟ ਟਾਈਮ ਅਗਰ ਮੈਨੂੰ ਅਪੋਰਚੁਨਿਟੀ ਦਿੱਤੀ ਕਿਸੇ ਨੇ ਮੇਰੇ ਟੈਲੈਂਟ ਨੂੰ ਪਹਿਚਾਨਿਆ ਤਾਂ ਕੌਣ ਨੇ ਉਹ ਪਰਸਨੈਲਿਟੀ? ਮੈਨੂੰ ਲੱਗਦਾ ਮੇਰੀ ਪਰਸਨੈਲਿਟੀ ਨੂੰ ਹਾਲੇ ਤੱਕ ਕਿਸੇ ਨੇ ਪਹਿਚਾਨਿਆ ਨਹੀਂ, ਅੰਡਰ ਰੇਟਡ ਹਾਂ ਬਹੁਤ ਮੈਂ। ਮੈਂ ਐਜ਼ ਏ ਐਕਟਰ ਵੀ ਅੰਡਰ ਰੇਟਡ ਹਾਂ ਅਤੇ ਐਜ਼ ਏ ਪਰਫੋਰਮਰ ਵੀ ਅੰਡਰ ਰੇਟਡ ਹਾਂ, ਕਿਉਂਕਿ ਮੇਰੇ ਕੁਝ ਆਰਟਿਸਟਾਂ ਨਾਲ, ਮੇਰੇ ਇਕੱਲੇ ਨਾਲ ਕੁਝ ਹੋਰ ਵੀ ਆਰਟਿਸਟ ਆ, ਉਹਨਾਂ ਨਾਲ ਕੀ ਭਾਣਾ ਵਰਤਦਾ ਕਿ ਗਾਣੇ ਚੱਲ ਜਾਂਦੇ ਆ, ਆਰਟਿਸਟ ਦੀ ਪਰਸਨੈਲਿਟੀ ਨਹੀਂ ਚੱਲਦੀ। ਕੁਝ ਬੰਦੇ ਆ ਅਤੇ ਉਸ ਬੰਦੇ ਨੂੰ ਨਾ ਹਮੇਸ਼ਾ ਅੰਡਰ ਰੇਟਡ ਰਹੂਗਾ ਉਹ। ਕਈ ਕੀ ਹੁੰਦਾ ਗਾਣੇ ਨਹੀਂ ਉਨੇ ਚੱਲੇ ਹੁੰਦੇ ਪਰ ਉਹਨਾਂ ਦੀ ਪਰਸਨੈਲਿਟੀ, ਉਹਨਾਂ ਦਾ ਫੇਸ ਬਹੁਤ ਚੱਲ ਜਾਂਦਾ, ਉਹਨਾਂ ਨੂੰ ਉਹ ਫਿਰ ਓਵਰ ਰੇਟਡ ਵੀ ਹੋ ਜਾਂਦੇ ਆ ਕਈ। ਅਤੇ ਉਹਦੇ 'ਚ ਮੈਨੂੰ ਇਹ ਲੱਗਦਾ ਕਿ ਮੇਰੇ ਗਾਣੇ ਚੱਲੇ ਆ 5-7, ਮੈਂ ਨਹੀਂ ਉਨਾ ਚੱਲਿਆ, ਉਹਦਾ ਸ਼ਾਇਦ ਰੀਜ਼ਨ ਮੇਰਾ ਜਿਹੜਾ ਮੈਂ ਮੰਨਦਾ ਅੱਜ ਜਦੋਂ ਐਨਾਲਾਈਸਿਸ ਕਰਦਾ ਕਿ ਯਾਰ ਕਿਉਂ ਨਹੀਂ ਚੱਲਿਆ, ਮੈਂ ਨਾ ਆਪਣੀ ਉਮਰ ਤੋਂ ਵੱਧ ਮਚਿਓਰ ਸੀ, ਮਚਿਓਰ ਹਾਂ, ਤਾਂ ਮੈਂ ਸੋਸ਼ਲ ਮੀਡੀਆ 'ਤੇ ਹਾਹਾ ਹੂਹਾ ਨਾ ਪਾਉਂਦੇ ਹੋਏ ਮਚਿਓਰ, ਮਤਲਬ ਚੀਜ਼ਾਂ ਪਈਆਂ ਜਿਹੜੀਆਂ ਸਮਾਜ ਲਈ, ਜਦੋਂ ਕਿ ਮੈਨੂੰ ਉਸ ਟਾਈਮ ਮੈਨੂੰ ਹਾਹਾ ਹੂ ਕਰਦਾ ਤਾਂ ਮੇਰੇ ਨਾਲ ਉਹ ਫੋਲੋਵਰ ਰਹਿੰਦੇ, ਤਾਂ ਨਿਆਣੇ ਮੈਨੂੰ ਨਿਆਣਿਆਂ ਨੂੰ ਮੈਂ ਬੋਰਿੰਗ ਲੱਗਦਾ ਸੀ। ਉਹਦੇ ਕਰਕੇ ਫਿਰ ਉਹ ਐਂ ਹੁੰਦਾ ਕਿ ਕਲਾਕਾਰ ਚਾਹੀਦਾ, ਪੂਰਾ ਗੱਡੀ ਦੀ ਫੋਟੋ ਪਾ ਰਿਹਾ, ਕੱਪੜੇ ਦਿਖਾ ਰਿਹਾ, ਕਿਉਂਕਿ ਜ਼ਮਾਨਾ ਉਹ ਚੱਲ ਰਿਹਾ ਨਾ, ਤਾਂ ਉਹ ਚੀਜ਼ਾਂ ਉਨੀਆਂ ਨਹੀਂ ਕੀਤੀਆਂ। ਹੁਣ ਕਰ ਲਈ ਦੀਆਂ, ਹੁਣ ਐਕਟਿਵ ਹੈਗਾ, ਹੁਣ ਐਕਟਿਵ ਆ, ਹੁਣ ਸਰਕਾਰ ਨੇ ਡਾਊਨ ਕੀਤਾ ਹੋਇਆ ਸਿਸਟਮ, ਹੌਲੀ ਹੌਲੀ ਖੁੱਲ ਜੂਗਾ, ਕੋਈ ਨਹੀਂ, ਇੱਕ ਦੋ ਗਾਣੇ ਚੱਲ ਗਏ ਹੋਰ ਕਿਤੇ ਆਏ ਹੋਰ, ਜਦੋਂ ਹੁਣ ਕੰਮ ਆਊਗਾ ਨਾ ਕੰਮ ਦੇ ਨਾਲ, ਜਿਵੇਂ ਹੁਣ ਸ਼ੋਅ ਚੱਲਦੇ ਆ ਤਾਂ ਉਹ ਹੌਲੀ ਹੌਲੀ ਵੱਧਦੀ ਵੱਧਦੀ ਚੀਜ਼ ਵੱਧ ਜਾਂਦੀ ਆ, ਹਰ ਚੀਜ਼ ਦੱਬੀ ਜਾਂਦੀ ਆ, ਹਰ ਚੀਜ਼ ਚੜ੍ਹ ਜਾਂਦੀ ਆ, ਹਰ ਇੱਕ ਦਾ ਟਾਈਮ ਆਉਂਦਾ। ਸੋ ਤੁਹਾਡਾ ਆਇਆ ਵੀ ਸੀ ਔਰ ਤੁਹਾਡਾ ਆਉਣਾ ਵੀ ਹੈ ਕਿ ਤੁਹਾਨੂੰ ਸੁਣਦੇ ਸਾਰੇ, ਮਤਲਬ ਪੋਜ਼ਿਟਿਵਿਟੀ, ਮਤਲਬ ਅਗਰ ਕਿਸੇ ਨੇ ਹੈ ਨਾ ਲੈਣੀ ਹੈ ਤਾਂ ਮੈਨੂੰ ਲੱਗਦਾ ਤੁਹਾਡੇ ਨਾਲ ਗੱਲ ਕਰੇ। ਰੋਟੀ ਦੀ ਫਿਕਰ ਨਹੀਂ, ਛੱਤ ਦਾ ਫਿਕਰ ਨਹੀਂ, ਗੱਡੀ ਦੀ ਫਿਕਰ ਨਹੀਂ, ਵਧੀਆ ਵੱਡੇ ਵੱਡੇ ਕਲਾਕਾਰ ਉੱਡੀ ਹੋਈ ਆ ਗੱਡੀ ਵੀ ਆਪਣੇ ਕੋਲ, ਹੈ ਨਾ, ਪਰਿਵਾਰ ਦਾ ਫਿਕਰ ਨਹੀਂ, ਸਾਰਾ ਪਰਿਵਾਰ ਹੈ, ਸਾਰੇ ਦੋਸਤ ਨੇ, ਹੈ ਨਾ, ਇਹ ਨਹੀਂ ਵੀ ਕਿ ਹੱਥ ਫਲਾਉਣੇ ਨਹੀਂ ਪੈਂਦੇ, ਹੈ ਨਾ। ਤਾਂ ਜਿਹੜਾ ਆਰਟਿਸਟ 'ਚ ਉਹ ਹੋਣਾ ਉਹ ਲੱਗੇ ਰਹੋ। ਭੁਪਿੰਦਰ ਬੱਬਲ ਭਾਈ ਯਾਰ 60 ਸਾਲ ਦੀ ਉਮਰ 'ਚ ਜਾ ਕੇ ਉਹਨਾਂ ਨੇ ਅੱਜ ਕਿੱਥੇ ਨੇ, ਪੰਜਾਬ ਦਾ ਕੋਈ ਵੀ ਉੱਥੇ ਨਹੀਂ। ਇੱਦਾਂ ਹੀ ਸੀ ਲਾਭ ਜੰਜੂਆ ਸਾਹਿਬ ਸੀ, ਬਿੰਨੂ ਢਿੱਲੋਂ ਬੇਰੇਰਿਆਂ ਦੀ ਸਟਰਗਲ ਦੇਖੋ, ਜਸਵਿੰਦਰ ਭੱਲਾ ਸਾਹਿਬ ਬਣਾ, ਹੋਰ ਦੇਵ ਖਰੌੜ ਬੇਰੇ ਦੀ ਸਟਰਗਲ ਦੇਖੋ, ਅਤੇ ਇਹ ਪਾਰਟ ਆਫ ਲਾਈਫ ਹੈ, ਇਹ ਇੱਕ ਇੰਜੋਏ ਵੀ ਹੈ। ਜਦੋਂ ਫਿਰ ਉਹ ਸਕਸੈਸ ਉਸ ਲੈਵਲ 'ਤੇ ਮਿਲਦੀ ਹੈ ਨਾ, ਫਿਰ ਉਹ ਬਹੁਤ ਦੁਨੀਆ ਲਈ ਇੰਸਪੀਰੇਸ਼ਨ ਬਣਦੀ ਹੈ। ਅੱਜ ਜਦੋਂ ਮੁੰਡੇ ਆ ਕੇ ਮੈਨੂੰ ਮਿਲਦੇ ਨੇ, ਭਾਅ ਜੀ ਯਾਰ ਸਾਡਾ ਕੋਈ ਯਾਰ 6 ਮਹੀਨੇ ਹੋ ਗਏ, ਮੈਨੂੰ ਤਾਂ ਮੋਹਾਲੀ ਆਏ ਨੂੰ, ਚੰਡੀਗੜ੍ਹ ਆਏ ਨੂੰ, ਮੈਂ 4 ਮਹੀਨੇ, ਉਹ ਮੈਂ ਕਿਹਾ ਮੈਨੂੰ ਕਿੰਨੇ ਸਾਲ ਹੋ ਗਏ, ਯਾਰ ਨਹੀਂ ਬਾਈ ਤੁਸੀਂ, ਮੈਂ ਕਿਹਾ ਮੈਂ 2010 'ਚ ਪਹਿਲਾ ਗਾਣਾ ਆਇਆ, 2014 'ਚ ਜਾ ਕੇ ਮੇਰਾ ਪਹਿਲਾ ਗਾਣਾ ਚੱਲਿਆ, ਅਤੇ ਉਸ ਤੋਂ ਬਾਅਦ ਫਿਰ ਉਹ ਉਸ ਉਦੋਂ ਦੋ ਤਿੰਨ ਗਾਣੇ ਇਕੱਠੇ ਚੱਲੇ, ਲਾਹੌਰ ਕੁੜਤਾ ਪਜਾਮਾ, ਫਿਰ ਕੁੜਤਾ ਮੈਂ 2 ਮੇਰਾ 17 'ਚ ਆਇਆ। ਉਸ ਤੋਂ ਬਾਅਦ ਮੇਰਾ ਕੰਪਨੀ ਨਾਲ ਡਿਸਪਿਊਟ ਪੈ ਗਿਆ, ਕਿਸੇ ਕੰਪਨੀ ਨੇ ਮੈਨੂੰ ਬੌਂਡ ਕਰ ਲਿਆ, ਉਹਨਾਂ ਨਾਲ 5 ਸਾਲ ਮਤਲਬ ਅੰਦਰ ਹੀ ਰਿਹਾ ਮੈਂ।
5 ਸਾਲ ਉਸ ਤੋਂ ਬਾਅਦ ਬਾਹਰ ਨਿਕਲੇ ਕਿਸਾਨ ਅੰਦੋਲਨ ਜੇ ਉਹ ਚੀਜ਼ਾਂ ਐਸੀਆਂ, ਮੇਰੇ ਜਗ੍ਹਾ 'ਤੇ ਮੈਨੂੰ ਲੱਗਦਾ ਕੋਈ ਹੋਰ ਹੁੰਦਾ ਤਾਂ ਸੁਸਾਈਡ ਕਰ ਜਾਂਦਾ। ਅਤੇ ਇਹ ਤਾਂ ਆਪਣੇ ਆਪ ਨੂੰ ਸਬਰ ਹੀ, ਸਗੋਂ ਮੈਨੂੰ ਤਾਂ ਉਹ ਚੀਜ਼ ਨੇ ਨਾ ਹੋਰ ਅੰਦਰੋਂ ਹੋਰ ਸਟਰੋਂਗ ਬਣਾਤਾ ਕਿ ਇਹ ਤਾਂ ਯਾਰ ਕੁਛ, ਇਹ ਤਾਂ ਇਸ ਮੁਸੀਬਤਾਂ ਤਾਂ ਇੱਦੋਂ ਬਹੁਤ ਵੱਡੀਆਂ ਨੇ ਦੁਨੀਆ 'ਤੇ, ਮੇਰੇ ਕੋਲ ਤਾਂ ਪੂਰਾ ਹੱਥ ਨੇ ਦੋਨੇ ਲੱਤਾਂ ਬਾਹਾਂ, ਰੱਬ ਨੇ ਸੋਹਣਾ ਸੁਨੱਖਾ ਰੂਪ ਦਿੱਤਾ, ਸਭ ਕੁਛ ਦਿੱਤਾ। ਉਹ ਵੀ ਲੋਕ ਨੇ ਜਿਨ੍ਹਾਂ ਦੇ ਯਾਰ ਹੱਥ ਪੈਰ ਹੀ ਨਹੀਂ, ਹੈ ਨਾ, ਉਹ ਜਿਨ੍ਹਾਂ ਦੇ ਜਿਨ੍ਹਾਂ ਕੋਲ ਪਰਿਵਾਰ ਨਹੀਂ, ਜਿਨ੍ਹਾਂ ਕੋਲ ਭੈਣ ਭਾਈ, ਮੇਰੇ ਕੋਲ ਤਾਂ ਦੁਨੀਆਂ ਦੀ ਕਿਹੜੀ ਸ਼ੈ ਜਿਹੜੀ ਹੈ ਨਹੀਂ, ਤਾਂ ਫਿਰ ਮੈਂ ਕਾਹਦਾ ਗਿਲਾ ਕਰਾਂ ਕਿ ਮੈਨੂੰ ਤੂੰ ਰੱਬਾ ਕਾਮਯਾਬ ਨਹੀਂ ਉਸ ਲੈਵਲ 'ਤੇ ਕੀਤਾ ਕਿ ਮੈਂ ਅੰਡਰ ਰੇਟਡ ਰਹਿ ਗਿਆ ਕਿ ਨਹੀਂ ਨਹੀਂ। ਇਹ ਤਾਂ ਹੋ ਸਕਦਾ ਆ ਇੰਟਰਵਿਊ ਤੋਂ ਬਾਅਦ ਟਾਈਮ ਬਦਲ ਜੇ, ਹੈ ਨਾ, ਮਤਲਬ ਕਦੋਂ ਕਿਹੜੀ ਕੌਲ ਆ ਜਾਣੀ ਹੈ, ਕਿੱਥੋਂ ਕਿਹਦੀ ਕੌਲ ਆ ਜਾਣੀ ਹੈ ਤੁਹਾਨੂੰ ਕਿ ਬਈ ਆ ਪਰਮਾਤਮਾ ਨੇ ਜਦੋਂ ਭੇਜਣਾ ਨਾ ਕਿਸੇ ਨੂੰ ਤਾਂ ਰਾਤੋ ਰਾਤ ਸਟਾਰ ਬਣਾ ਦਿੰਦਾ, ਅਤੇ ਉਹਦੇ ਉਸ ਲੈਣ 'ਚ ਜ਼ਰੂਰ ਲੱਗੇ ਹੋਏ ਹਾਂ, ਅਤੇ ਉਸੇ ਸਬਰ ਨਾਲ, ਉਸੇ ਡੈਡੀਕੇਸ਼ਨ ਨਾਲ, ਅਤੇ ਉਹਨੇ ਪੇਸ਼ੈਂਸ ਨਾਲ। ਸਰ, ਲੇਡੀ ਲੱਕ 'ਚ ਬਿਲੀਵ ਕਰਦੇ ਹੋ? ਮੈਂ ਕਿਸੇ ਵੀ ਲੱਕ 'ਚ ਬਿਲੀਵ ਨਹੀਂ ਕਰਦਾ, ਮੈਂ ਹਾਰਡ ਵਰਕ ਅਤੇ ਸਮੇਂ 'ਚ ਜਿਹੜਾ ਕਰਦਾ ਵਿਸ਼ਵਾਸ ਕਿ ਹਾਰਡ ਵਰਕ ਨਾ ਛੱਡੋ ਅਤੇ ਵੇਟ ਕਰੋ, ਸਬਰ ਕਰੋ, ਟਾਈਮ ਸਬਦਾ ਹੁੰਦਾ। ਕੋਈ ਤੁਹਾਡਾ ਕੋਈ ਲੱਕ, ਜੇ ਲੱਕ ਬਣਾਉਣਾ ਹੋਵੇ ਨਾ, ਫਿਰ ਦੁਨੀਆ 'ਤੇ ਕੋਈ ਵੀ ਬੰਦਾ ਫੇਲ ਨਾ ਹੋਵੇ, ਕੋਈ ਫੇਲੀਅਰ ਇਹਨੂੰ ਦੇਖੇ, ਕਿਸੇ ਨਾਲ ਤਾਂ ਕਿਸੇ ਦਾ ਕੋਈ ਲੱਕ ਹੋਊਗਾ ਨਾ, ਬੰਦੇ ਦਾ ਆਪਦਾ ਲੱਕ ਆਪ ਹੀ ਬਣਾਉਂਦਾ। ਹਾਂ, ਮੈਂ ਹਾਰਡ ਵਰਕ 'ਚ ਬਿਲੀਵ ਕਰਦਾ, ਅਤੇ ਸਮਾਂ ਹੈ, ਸਮਾਂ ਚੇਂਜ ਹੁੰਦਾ, ਅਤੇ ਉਹ ਸਮੇਂ ਲਈ ਲੈਣ 'ਚ ਲੱਗੇ ਰਹੋ ਅਤੇ ਹਾਰਡ ਵਰਕ ਕਰੀ ਜਾਓ, ਸਭ ਦੀ ਵਾਰੀ ਆਉਂਦੀ ਹੈ। ਸੋ ਬਹੁਤ ਸਾਰੀਆਂ ਅਸੀਂ ਗੱਲਾਂ ਕਰ ਲਈਆਂ ਨੇ ਗਲਪ ਦੇ ਨਾਲ, ਅਤੇ ਹੁਣ ਇੰਨੀ ਸੋਹਣੀ ਆਵਾਜ਼ ਸਾਡੇ ਨਾਲ ਬੈਠੀ ਹੈ ਅਤੇ ਗਾਣਾ ਇੱਕ ਸੁਣਨਾ ਤਾਂ ਬਣਦਾ। ਕੋਈ ਵੀ ਤੁਹਾਡਾ ਆਪਣਾ ਪਰਸਨਲ ਹਿੱਟ ਸੌਂਗ ਜਿਹੜਾ ਰਿਹਾ ਉਹ ਸੁਣਾ ਦਿਉ, ਜਾਂ ਫਿਰ ਤੁਹਾਡਾ ਕੋਈ ਲੇਟੈਸਟ ਰਿਲੀਜ਼ ਹੈ ਉਹ ਜ਼ਰੂਰ ਸੁਣਾਓ ਸਾਨੂੰ। ਜਿਹੜੇ ਗਾਣੇ ਨੇ ਮੈਨੂੰ ਜਹਾਜ਼ਾਂ 'ਚ ਆੜਿਆ, ਸਟੇਜਾਂ 'ਤੇ ਚਾੜਿਆ, ਮੇਰਾ ਇੱਕ ਮਤਲਬ ਗਲਬ ਵੜੈ 'ਚ ਕਹਿਣ ਲੱਗੇ, ਉਹ ਗਾਣਾ ਹੀ ਹੈਗਾ। ਉਹ ਸਾਨੂੰ ਕਾਲਜ ਨੇ ਸਾਫ ਮਨਾ ਕਰਤਾ, ਤੁਹਾਨੂੰ ਕੁੜਤੇ ਪਜਾਮੇ ਪਾਉਣੇ ਬੈਨ ਨੇ, ਪਰ ਕੌਣ ਸਮਝ ਆਵੇ ਇਹ ਕੁੜੀਆਂ ਸਾਡੇ ਕੁੜਤੇ ਪਜਾਮੇ ਦੀਆਂ ਫੈਨ ਨੇ, ਪਰ ਕੌਣ ਸਮਝ ਆਵੇ ਇਹ ਕੁੜੀਆਂ ਸਾਡੇ ਕੁੜਤੇ ਪਜਾਮੇ ਦੀਆਂ ਫੈਨ ਨੇ। ਕੁੜਤੇ ਪਜਾਮੇ ਦਾ ਵੀ ਬੜਾ ਜ਼ਿਕਰ ਹੁੰਦਾ ਹੈ, ਬੜੇ ਕੁੜਤੇ ਪਜਾਮੇ ਦੀਆਂ ਵੀ ਚਰਚਾਵਾਂ ਸੁਣੀਆਂ ਨੇ ਮੈਂ, ਹੈ ਨਾ, ਬਲੈਕ ਕਲਰ ਦਾ ਕੁੜਤਾ ਪਜਾਮਾ ਪਾਇਆ ਤੁਹਾਡੇ ਬੜਾ ਜੱਚਦਾ ਹੈ, ਮਤਲਬ ਕੁੜਤੇ ਪਜਾਮੇ ਦਾ ਕਰੇਜ਼ ਜ਼ਿਆਦਾ ਲੱਗਦਾ ਮੈਨੂੰ, ਰਾਈਟ? ਕਿਉਂਕਿ ਮੇਰੇ ਦੋ ਗਾਣੇ ਕੁੜਤੇ ਪਜਾਮੇ 'ਤੇ ਹਿੱਟ ਆ, ਅਤੇ ਮੈਂ ਆਪ ਵੀ ਸਟੇਜਾਂ 'ਤੇ ਕੁੜਤਾ ਪਜਾਮੇ ਜ਼ਿਆਦਾ ਪਾਉਂਦਾ। ਮੇਰਾ ਜਦੋਂ ਕੁੜਤਾ ਪਜਾਮੇ ਹਿੱਟ ਹੋਇਆ ਸੀ ਨਾ, ਤਾਂ ਬਹੁਤ ਕੱਪੜਿਆਂ ਵਾਲੀਆਂ ਦੁਕਾਨਾਂ 'ਤੇ ਮੈਂ ਨਾ ਉਹਦੇ 'ਚ ਇੱਕ ਮੇਰਾ ਸ਼ੋਟ ਹੈ, ਐਂ ਮੁੱਛਾਂ ਜੀਆਂ ਐਂ, ਤਾਂ ਉਹ ਆਹ ਵਾਲਾ ਸ਼ੋਟ ਪੋਸਟਰ ਬਣਾ ਕੇ ਬਹੁਤ ਲੋਕਾਂ ਨੇ ਲਾਏ ਸੀ ਉਸ ਟਾਈਮ, ਮਤਲਬ ਹਾਂ ਉਹ ਖੁਸ਼ੀ ਦਿੰਦੀਆਂ ਚੀਜ਼ਾਂ, ਛੋਟੀਆਂ ਛੋਟੀਆਂ ਖੁਸ਼ੀਆਂ ਹੁੰਦੀਆਂ ਜ਼ਿੰਦਗੀ 'ਚ, ਤਾਂ ਵਧੀਆ ਲੱਗਦਾ ਸੀ। ਹਾਂ, ਸੋ ਹੁਣ ਕੀ ਕੁਛ ਨਵਾਂ ਆ ਰਿਹਾ, ਕੀ ਕੁਛ ਕਰ ਲਿਆ ਹੋਇਆ, ਕਿਹਦੀ ਕਿਹਦੀ ਆਪਾਂ ਵੇਟ ਕਰ ਸਕਦੇ ਹਾਂ ਹੁਣ ਆਉਣ ਵਾਲੇ ਟਾਈਮ 'ਚ? ਆਉਣ ਵਾਲੇ ਟਾਈਮ 'ਚ ਫਿਲਮਾਂ ਵੀ ਕਰ ਰਹੇ, ਸ਼ੋਰਟ ਮੂਵੀਜ਼ ਆ, ਗਾਣਾ ਪਿਛਲੇ ਸਾਲ ਗਾਣਾ ਆਪਣਾ ਹਿੱਟ ਹੋਇਆ ਸੀ ਉਸਤਾਦ ਲਾਭ ਹੀਰਾ ਜੀ ਨਾਲ ਕੋਲੈਬ ਕੀਤਾ ਸੀ, ਅਤੇ ਹੁਣ ਫਿਰ ਨਵਾਂ ਗਾਣਾ ਜਿਹੜਾ ਹੁਣ ਰੀਸੈਂਟ, ਹੁਣ ਜਿਹੜਾ ਗਾਣਾ ਆਊਗਾ ਅਤੇ 2-4 ਹਫ਼ਤੇ 10 ਦਿਨ ਦੇ ਵਿੱਚ ਐਨੀ ਟਾਈਮ ਆਜੂਗਾ, ਉਹ ਵੀ ਉਹਨਾਂ ਨਾਲ ਹੀ ਆ, ਅਤੇ ਉਹ ਵੀ ਘੈਂਟ ਗਾਣਾ ਚੱਕਵਾਂ। ਸੋ ਜਾਂਦੇ ਜਾਂਦੇ ਕੋਈ ਸੁਨੇਹਾ ਦੇਣਾ ਚਾਹੁੰਦੇ ਹੋ ਆਪਣੇ ਦਰਸ਼ਕਾਂ ਨੂੰ, ਚਾਹੁਣ ਵਾਲਿਆਂ ਨੂੰ, ਅਤੇ ਬਹੁਤ ਟਾਈਮ ਬਾਅਦ ਅੱਜ ਤੁਸੀਂ ਰਾਬਤਾ ਕਾਇਮ ਕੀਤਾ ਸਾਡੇ ਨਾਲ, ਇਸ 'ਤੇ ਵੀ ਅਗਰ ਤੁਸੀਂ ਕੁਛ ਕਹਿਣਾ? ਯਾਰ, ਖੁਸ਼ ਰਿਹਾ ਕਰੋ, ਨੈਗੇਟਿਵਿਟੀ ਤੋਂ ਦੂਰ ਰਹੋ, ਸੋਸ਼ਲ ਮੀਡੀਆ ਰੀਲਾਂ ਤੋਂ ਆਪਣਾ ਨਾ ਐਲਗਾਰਿਦਮ ਉਹ ਬਣਾ ਲਓ ਕਿ ਜਿਹੜੀ ਚੀਜ਼ਾਂ ਤੁਹਾਡੀ ਲਾਈਫ 'ਚ ਕੰਮ ਆਉਣ ਉਹ ਵੇਖੋ, ਕਿਉਂਕਿ ਅੱਜ ਕੱਲ੍ਹ ਐਲਗਾਰਿਦਮ ਦਾ ਸਿਸਟਮ ਨਾ ਕਿ ਦੋ ਜਿਹੜੀ ਤੁਸੀਂ ਚੀਜ਼ ਇੱਕ ਦੋ ਵਾਰ ਵੇਖਣ ਲੱਗ ਗਏ ਤੁਹਾਨੂੰ ਉਹੀ ਚੀਜ਼ਾਂ ਆਈ ਜਾਣਗੀਆਂ, ਤਾਂ ਤੁਸੀਂ ਪੋਜ਼ਿਟਿਵ ਚੀਜ਼ਾਂ ਵੇਖੋ ਤਾਂ ਪੋਜ਼ਿਟਿਵ ਹੀ ਆਈ ਜਾਣਗੀਆਂ, ਜੈਸੀ ਵੀ ਤੁਹਾਡੀ ਸੋਚ ਆ ਉਸ ਹਿਸਾਬ ਨਾਲ, ਬਸ ਪੋਜ਼ਿਟਿਵ ਰਹੋ
ਕਿਉਂਕਿ ਜਿਹੜਾ ਸਮਾਂ ਚੱਲ ਰਿਹਾ ਨਾ ਬਹੁਤ ਭੱਜ ਦੌੜ ਵਾਲਾ, ਅਸੀਂ ਆਪਣੇ ਨਾ ਉਮਰ ਸਮੇਂ ਤੋਂ ਵੱਧ ਤੇਜ਼ ਭੱਜ ਰਹੇ ਹਾਂ, ਉਹਦੇ ਕਰਕੇ ਡਿਪਰੈਸ਼ਨ, ਟੈਨਸ਼ਨ, ਪੇਸ਼ੈਂਸ ਖਤਮ ਹੋ ਰਿਹਾ ਹੈ ਨਾ, ਕਿਵੇਂ ਕਿਉਂ ਹੋ ਗਿਆ, ਐਂ ਕਿਉਂ ਹੋ ਨਹੀਂ ਰਿਹਾ, ਇਹ ਨਹੀਂ ਹੋ ਰਿਹਾ। ਇਹ ਚੀਜ਼ਾਂ ਉਦੋਂ ਸੈੱਟ ਹੋਣਗੀਆਂ ਜਦੋਂ ਆਪਣੇ ਆਪ ਨਾਲ ਗੱਲਾਂ ਕਰੋ 5-10 ਮਿੰਟ ਡੇਲੀ, ਅਤੇ ਪਰਿਵਾਰ ਨਾਲ ਇਹ ਉਹ ਚੀਜ਼ਾਂ ਤਾਂ ਠੀਕ ਹੋ ਜਾਂਦੀਆਂ, ਬਹੁਤ ਚੀਜ਼ਾਂ ਠੀਕ ਹੋ ਜਾਂਦੀਆਂ। ਆਪਣੇ ਆਪ ਨੂੰ ਟਾਈਮ ਦਿਓ ਯਾਰ, ਰਿਸ਼ਤੇਦਾਰ ਕੀ ਕਹਿੰਦੇ ਆ, ਲੋਕ ਕੀ ਕਹਿਣਗੇ, ਛੱਡ ਦਿਓ ਯਾਰ, ਜੇ ਤੁਹਾਨੂੰ ਫਿਰ ਵੀ ਡਿਸਟਰਬ ਕਰਦੇ ਨੇ ਕਾਂਟਾ ਮਾਰ ਦਿਓ, ਬਲੌਕ ਮਾਰ ਦਿਓ, ਆਪਣੇ ਆਪ 'ਚ ਰਹੋਗੇ ਤਾਂ ਸਿੱਧੀ ਤਾਰ ਜੁੜਦੀ ਆ ਫਿਰ। ਸੋ ਥੈਂਕ ਯੂ ਸੋ ਵੈਰੀ ਵੈਰੀ ਮੱਚ ਇੰਨੀ ਸੋਹਣੀ ਕਨਵਰਸੇਸ਼ਨ ਦੇ ਲਈ। ਇਸੇ ਪੋਜ਼ਿਟਿਵਿਟੀ ਦੇ ਨਾਲ ਅਸੀਂ ਗੱਲਬਾਤ ਦਾ ਸਿਲਸਿਲਾ ਖਤਮ ਕਰਾਂਗੇ, ਅਤੇ ਜ਼ਰੂਰ ਜਲਦੀ ਤੁਹਾਨੂੰ ਹੋਰ ਪਰਸਨੈਲਿਟੀਜ਼ ਦੇ ਨਾਲ ਵੀ ਰੂਬਰੂ ਕਰਾਵਾਂਗੇ, ਅਤੇ ਗੱਲ ਦੇ ਆਉਣ ਵਾਲੇ ਸੌਂਗਸ, ਇਹਨਾਂ ਦੀਆਂ ਫਿਲਮਾਂ, ਇਹਨਾਂ ਦੀਆਂ ਸ਼ਾਰਟ ਮੂਵੀਜ਼ ਨੂੰ ਉੱਦਾਂ ਹੀ ਪਿਆਰ ਦਿਓ ਜਿੱਦਾਂ ਤੁਸੀਂ ਕੁੜਤੇ ਪਜਾਮੇ ਗੀਤ ਨੂੰ ਪਿਆਰ ਦਿੱਤਾ। ਫਿਲਹਾਲ ਮੈਨੂੰ ਦਿਓ ਇਜਾਜ਼ਤ, ਕੈਮਰਾਮੈਨ ਦੀਪਕ ਦੇ ਨਾਲ ਮਨਪ੍ਰੀਤ ਖੁੱਲਰ, ਦੈਨਿਕ ਸਵੇਰਾ ਟੀਵੀ, ਚੰਡੀਗੜ੍ਹ।